ਉਤਰੇਰਣ ਚ ਜਦ ਜਗ ਮਚਿਆ ਕੈ ਦੁਨੀਆ ਕਰਦੀ ਸਾਡੀ ਸਿਫਤਾਂ ਅਸੀਂ ਬੰਦੇ ਹਾਂ ਰੱਬ ਦੇ ਗੁਰੂਆਂ ਦੀਆਂ ਰਾਹਾਂ ਤੇ ਚੱਲੀਏ ਮੌਤੋਂ ਨਹੀਂ ਡਰਦੇ ਮਤ ਉੱਚੀ ਰੱਖਦੇ ਅਸੀਂ ਹਾਂ ਸਦਾ ਮਨ ਰਹਿੰਦਾ ਨੀਵਾਨਾ ਕੋਈ ਹਵਾ ਯਾਰਾਂ ਦੇ ਯਾਰ ਅਸੀਂ ਦਿਲ ਦੇ ਗਲੇ ਕਹਿੰਦਾ ਸਰਦਾਰ ਸਾਹਿਬ ਤਾਈਓ ਜਹਾਂ ਨਿਰਭਉ ਨਿਰਭੈ ਨਿਰਭਉ ਦਿੱਲੀ ਦਿੱਲੀ ਮਹਾਭਾਰਤ ਦੇ ਵਕਤ ਦਾ ਇੰਦਰਪ੍ਰਸਥ ਮੁਗਲਾਂ ਦੇ ਵਕਤ ਦਾ ਸ਼ਾਹਜਹਾਨਾਬਾਦ ਤੇ ਅੰਗਰੇਜ਼ਾਂ ਨੇ ਉਸਦਾ ਨਾਂ ਦਿੱਲੀ ਕਰ ਦਿੱਤਾ ਦਿੱਲੀ ਕ੍ਰਾਈਮ ਕਰਪਸ਼ਨ ਤੇ ਰੇਪ ਦੀ ਰਾਜਧਾਨੀ ਤਾਂ ਹੈ ਹੀ ਇਸ ਦੇ ਨਾਲ ਇਹ ਸਾਡੇ ਮੁਲਕ ਦੀ ਵੀ ਰਾਜਧਾਨੀ ਹੈ ਇਹ ਗੁਨਾਹ ਤੇ ਗੁਨਹਗਾਰਾਂ ਦੀ ਦਲਦਲ ਵੀ ਹੈ ਪਰ ਦੁਨੀਆਂ ਦਾ ਇੱਕ ਬੜਾ ਪੱਕਾ ਅਸੂਲ ਹੈ ਕਿ ਜਿੱਥੇ ਗੁਨਾਹ ਤੇ ਗੁਨਹਗਾਰ ਹੋਣਗੇ ਉੱਥੇ ਉਹਨਾਂ ਦਾ ਮੁਕਾਬਲਾ ਕਰਨ ਵਾਲਾ ਕੋਈ ਸੂਰਮਾ ਜ਼ਰੂਰ ਹੋਵੇਗਾ ਸਾਡੀ ਕਹਾਣੀ ਵੀ ਅਜਿਹੇ ਇੱਕ ਸ਼ੂਰ ਵੀਰ ਸੂਰਮੇ ਦੀ ਹੈ ਨਾਂ ਸਰਦਾਰ ਜੋਗਿੰਦਰ ਸਿੰਘ ਬਾਜਵਾ ਜਿਹਨੂੰ ਲੋਕ ਸਰਦਾਰ ਸਾਹਿਬ ਆਖਦੇ ਨੇ ਸਰਦਾਰ ਸਾਹਿਬ ਅੱਜ ਕੋਰਟ 'ਚ ਇੱਕ ਕੇਸ ਆਇਆ ਸੀ ਮੁਲਜ਼ਮ ਬਾਲੀਵੁੱਡ ਦਾ ਹੀਰੋ ਹੈ ਉਹਦੇ ਦਿੱਲੀ ਵਾਲੇ ਘਰ 'ਚ ਇੱਕ ਗਰੀਬ ਪਰਿਵਾਰ ਦੀ ਕੁੜੀ ਕੰਮ ਕਰਨ ਆਉਂਦੀ ਸੀ ਕੋਈ 16 ਸਾਲ ਦੀ ਹੋਏਗੀ ਬੱਚੀ ਕੇਸ ਸਾਫ਼ ਸਾਫ਼ ਇਸ਼ਾਰਾ ਕਰਦਾ ਸੀ ਕਿ ਬੱਚੀ ਦਾ ਮੁਲਜ਼ਮ ਨੇ ਬਲਾਤਕਾਰ ਕੀਤਾ ਤੇ ਕੁੜੀ ਦੇ ਘਰ ਵਾਲੇ ਕੋਰਟ 'ਚ ਇਨਸਾਫ਼ ਲੈਣ ਲਈ ਬਥੇਰੀ ਕੋਸ਼ਿਸ਼ ਕਰਦੇ ਰਹੇ ਪਰ ਮੁਲਜ਼ਮ ਆਪਣੇ ਰਸੂਖ ਦੇ ਬਲ ਤੇ ਸਾਫ਼ ਬਰੀ ਹੋ ਗਿਆ ਹੁਣ ਤਾਂ ਇਨਸਾਫ਼ ਤੁਹਾਡੇ ਹੀ ਹੱਥਾਂ 'ਚ ਹੈ ਸਰਦਾਰ ਸਾਹਿਬ ऐसे सांस रोकने का अच्छा। और ऐसे झुकने का ठीक okay? है ठीक है एक और ट्राई करते हैं ओ, या, ओ, नहीं नहीं एक मिनट मैं क्या करता हूँ देखिए आप दिखाओ चल बेटा रेडी सी एंड देखिए बॉडी बैंड होना चाहिए और फेस पे पेन आना चाहिए चलो एक रिहर्सल करते हैं टेक करते हैं यार टेक करेंगे हाँ टेक करो किधर से पकड़ के लाए यार रोमांटिक हीरो है सर तो एक्शन में भी रोमांस करेगा क्या रेडी स्टैंड बाय एंड रोल साउंड रोल कैमरा एंड एक्शन हिम्मत सिंह जो सरदार साहब दे इशारे थे किसी की जान ले भी सकता है ते अपनी जान ਕੁਰਬਾਨ ਵੀ ਕਰ ਸਕਦਾ ਹੈ ਜੁਗਰਾਜ ਸਰਦਾਰ ਸਾਹਿਬ ਦਾ ਭਤੀਜਾ ਮੈਂ ਜਾਣਤਾ ਹੂੰ ਸਰ ਇਨ ਲੋਗੋਂ ਕੋ ਕਿ ਸਰਦਾਰ ਸਾਹਿਬ ਕਿਆ ਆਦਮੀ ਹੈ ਡੌਨ ਹੈ ਕਿਆ ਮਜ਼ਲੂਮਾਂ ਲਈ ਲੜਨ ਵਾਲੀ ਇਸ ਤਲਵਾਰ ਦੀ ਇੱਕ ਢਾਲ ਵੀ ਹੈ ਸਰਦਾਰ ਸਾਹਿਬ ਦਾ ਛੋਟਾ ਭਰਾ ਨਿਸ਼ਾਨ ਸਿੰਘ ਬਾਜਵਾ
निक्की दा फोन आया जी। अच्छा, की आखदी सी? ओही गल्लां कि दलजीत वड्डा हो गया ते उहदे ब्याह बारे सोचो। इत्थे हुंदा तां उहदा ब्याह आपां कदे दी कर दिंदे, पर हुण आपां की सोचिए? जो सोचना दलजीत ने आप ही सोचना। नाले ऑकलैंड च उहने बड़ा अच्छा कारोबार शुरू कर रखा है, उहनूं कुड़ियां दी की कमी है? सुख नाल उच्चा लम्मा गोरा चिट्टा सोहना गभरू निकलिया। किन्नी सोहनी परसनैलिटी मेरे भतीजे दी। नहीं नहीं जी, मैं दलजीत नहीं बोल रहा, मैं लड्डू बोलता आया। उहदा कजन ते बिजनेस पार्टनर दलजीत तां किसे लाइब्रेरी जां जिम दे विच होणा। जदों वी मैनूं मिलदा मैं तुहाडी गल करा देणी है, वी कोई गल करनी मंगदा तेरे नाल। थैंक यू। Hey, what? Where are you going? Punjab? ਜਿੱਦਾਂ ਤੂੰ ਹੈ ਤਕੜਾ, ਨਹੀਂ ਤਾਂ ਮੈਂ ਚਲੀਆਂ ਨਾਸਾਂ ਭੰਨ ਦੇਣੀਆਂ ਸੀ। ਵੱਡਾ ਟਰੰਪ, ਕੋੜੇ ਵੀ ਆਪਣੇ ਆਪ ਨੂੰ ਬਦਮਾਸ਼ ਸਮਝਦੇ ਆ। ਉਹਦਾ ਤੁਹਾਨੂੰ ਪਤਾ ਕਿ ਮੈਨੂੰ ਗੁੱਸਾ ਹੀ ਲੇਟ ਚੜ੍ਹਦਾ ਆ, ਨਹੀਂ ਤਾਂ ਇਕੱਲੇ ਨੇ ਉਹਦੀ ਧੌਣ ਭੰਨ ਦੇਣੀ ਸੀ ਮੈਂ। ਸਰ, ਤੁਸੀਂ ਇਹਨਾਂ ਦੇ ਮੂੰਹ ਨਾਲ ਲੱਗੋ ਜੀ, ਇਹਨਾਂ ਦਾ ਤਾਂ ਨਿੱਤ ਦਾ ਕੰਮ ਆ, ਹਰ ਆਉਣ ਜਾਣ ਵਾਲੇ ਪੰਜਾਬੀ ਨੂੰ ਵਾਟਰਫਰੰਟ ਤੇ ਇੱਦਾਂ ਹੀ ਤੰਗ ਕਰਦੇ ਨੇ। ਗੁਰੀ ਬਿਲਕੁਲ ਠੀਕ ਕਹਿ ਰਿਹਾ ਸਰ, ਮੇਰੇ ਨਾਲ ਵੀ ਇੱਕ ਵਾਰੀ ਬਦਤਮੀਜ਼ੀ ਕੀਤੀ। ਅੱਛਾ, ਤੇਰੇ ਨਾਲ ਵੀ ਬਦਤਮੀਜ਼ੀ ਕੀਤੀ ਆ? ਹਾਂਜੀ। ਜਿੱਦਾਂ ਅੱਜ ਦੱਸਦੇ ਆਪਾਂ ਉਹਨਾਂ ਨੂੰ ਵੀ ਕਿੱਦਾਂ ਪੰਜਾਬੀ 'ਚ ਤਮੀਜ਼ ਸਿਖਾਈ ਦੀ ਆ। ਚਲੋ ਜੀ। ਜਿੱਦਾਂ ਤੂੰ ਵੀ ਬੰਦਾ ਕੁੱਟ ਲੈਣਾ ਹੈ? ਹਾਂਜੀ ਸਰ। ਚੱਲ ਫਿਰ, ਨਾਈਸ ਆ, ਸਾਡੇ ਵੱਲੋਂ ਵੀ ਕੁੱਟ ਖਾਣ ਵਾਲਾ ਬੰਦਾ ਚਾਹੀਦਾ ਆ ਇੱਕ ਪੰਜਾਬੀ। ਹੇ, ਪਹਿਲਾਂ ਤਾਂ ਬੜਾ ਪੰਜਾਬੀ ਪੰਜਾਬੀ ਕਰਦਾ ਸੀ ਥੱਲੇ ਨੂੰ ਥੰਮ ਕਰਕੇ, ਹੁਣ ਗੱਲ ਕਰ ਸਾਡੇ ਨਾਲ। ਜਦੋਂ ਮੇਰਾ ਪਾੜਾ ਹਾਈ ਹੁੰਦਾ ਨਾ, ਕੰਧਾ ਕੰਬਲ ਲਾ ਦਿੰਦਾ। ਬੋਲ ਪੰਜਾਬੀ। ਪੰਜਾਬੀ ਪੰਜਾਬੀ ਪੰਜਾਬੀ, ਦਿਸ ਇਜ਼ ਮਾਈ ਕੰਟਰੀ, ਆਈ ਗਿਵ ਡੈਮ ਟੂ ਪੰਜਾਬੀ। ਗੱਲ ਪੰਜਾਬ ਦੀ ਆ ਗਈ ਸੀ ਨਾ, साहब सरदार साहब भी आजकल राजनीतिक पार्टियों से मिलना। छोड़िए साहब, यहाँ सभी साहब हैं, आप भी साहब हैं, आप भी साहब हैं, और आप भी। हैं वो भी एक साहब, लेकिन हम खुराना साहब हैं, वो ट्रक ड्राइवर क्या जाने के राजनीति की गाड़ी कैसे दौड़ाई जाती है। काका, कौन हो तुम? तुहाडे पुराने दोस्त बलवंत सिंह दा मुंडा। अच्छा, अच्छा तो तू सरदार साहब से बदला लेना चाहता है अपने बाप बलवंत सिंह के कत्ल का। सिर्फ बदला ही नहीं खुराना साहब, राज भी करना है इस दिल्ली पे। मैं तेरा साथ दूं? क्यों, किस लिए? इसलिए क्योंकि साथ दे नाल फायदा थोड़ा भी है, धंधे तो थोड़े भी कई बंद करा रखे ने सरदार साहब ने। पिता पर पूत, बाप पर घोड़ा, ज्यादा नहीं
तो थोड़ा थोड़ा बापू तेरी मौत ने जो दुश्मनी का बूटा लाया सी हुण ओह दरख्त बन चुका है आही दरख्त पालन बनूगा सरदार साहब की चिखा का वीर जी दुध ले लो हरमिते तेनू पता है दलजीत ने इस किताब च मेरा 24 बार जिक्र किया है। हाँ जी वीर जी, दलजीत ने तुसी इन्ने साल अपने तो दूर रखिया, पर उदे दिल विच ता आज भी थोड़े लिए उन्ना ही प्यार है। तुसी दूध पियो। दलजीत जी, तुसी बुक लिखी है मीनिंग ऑफ लाइफ, वैसे तो आनू की लगता तो आड़ी लाइफ दा की मीनिंग है? मेरे ख्याल नाल हरेक बंदे दी जिंदगी दा मीनिंग वक् वक् समय ते वक् वक् हुंदा है। जिद्दां जद तुसीं स्कूल च सीगे तां तुहाडी जिंदगी दा मीनिंग कुछ होर सीगा, कॉलेज च कुछ होर सी, अज कुछ होर है। अज तो कुछ सालां बाद तुहाडी जिंदगी दा मीनिंग, ईवन मेरी जिंदगी दा मीनिंग की होएगा किसे नूं नहीं पता। परसों एक ऑटो रिक्शा ड्राइवर द्वारा कीती गई दिल दहला देने वाली रेप अते मर्डर दी घटना दा दोषी अजे भी पुलिस दे हाथ नहीं आया। मैं आपको यकीन दिलाता हूँ मुजरिम को उसके किए की सजा जरूर मिलेगी। लेकिन कैसे? अभी तक तो पुलिस को उसका सुराग तक नहीं मिला। पुलिस तहकीकात कर रही है। क्या जानता है कि इस आदमी ते पहला भी औरतां ते हमला करन दे कई इल्जाम दो चौकियां विच बकायदा रिपोर्ट भी दर्ज हैं। फिर भी आदमी एक होर घिनौना जुर्म करन लई खुला घुमदा रहा। ए देश दे लॉ एंड ऑर्डर ते क्रिमिनल जस्टिस सिस्टम दी नाकामयाबी दा खुला शर्मनाक सबूत है। रात के 2:30 बजे का टाइम था, वो बस अड्डे के बाहर खड़ी थी। उसको सीलमपुरी जाना था और मैं उसे पलवल के सुनसान इलाके पे ले गया। जैसे ही मैंने कुछ करना चाहा, उसने शोर मचाना शुरू कर दिया। भगवान कसम साहब जी, उसे मारने का मेरा कोई इरादा नहीं था। दो बार रेप करने के बाद मैंने सोचा अगर ये जिंदा रही तो मैं फंस जाऊंगा, और इसलिए मैंने उसके मुँह पर ਹੋਈ ਬਲਾਤਕਾਰ ਤੇ ਕਤਲ ਦੀ ਘਟਨਾ ਦੇ ਅਕਿਊਜ਼ ਦੀ ਰੈੱਡ ਬਾਡੀ ਅੱਜ ਉਸੇ ਜਗ੍ਹਾ ਪਾਈ ਗਈ ਜਿੱਥੇ ਘਟਨਾ ਹੋਈ ਸੀ। ਕੀ ਹੋਇਆ, ਕਿੱਦਾਂ ਹੋਇਆ, ਇਸ ਦਾ ਕੋਈ ਸਬੂਤ ਪੁਲਿਸ ਦੇ ਹੱਥ ਨਹੀਂ ਆਇਆ। ਲੇਕਿਨ ਸੂਤਰਾਂ ਦੇ ਹਵਾਲੇ ਤੋਂ ਇਹ ਸਮਝਿਆ ਜਾ ਰਿਹਾ ਹੈ ਕਿ ਇਸ ਵੈਸ਼ੀ ਦੇ ਮਰਡਰ ਵਿੱਚ ਪੁਰਾਣੇ ਟਰੱਕ ਯੂਨੀਅਨ ਲੀਡਰ ਜੋਗਿੰਦਰ ਸਿੰਘ ਹੋ ਸਕਦੇ ਨੇ, ਜਿਨ੍ਹਾਂ ਨੂੰ ਸਰਦਾਰ ਸਾਹਿਬ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਮੈਨੂੰ ਨਹੀਂ ਪਤਾ ਕਿਹਨੇ ਕੀਤਾ, ਜਿਹਨੇ ਕੀਤਾ ਚੰਗਾ ਕੀਤਾ। ਰੋਜ਼ਗਾਰ ਕੇ ਲਈ ਮੁਝੇ ਘਰ ਸੇ ਰੋਜ਼ ਬਾਹਰ ਆਣਾ ਜਾਣਾ ਪੜਤਾ ਹੈ, ਮੈਂ ਹੀ ਜਾਣਤੀ ਹੂੰ ਕਿ ਮੁਝੇ ਕਿਆ ਕਿਆ ਝੇਲਣਾ ਪੜਤਾ ਹੈ। ਮੇਰੇ ਦਿਲ ਚੋਂ ਤਾਂ ਉਹਦੇ ਲਈ ਦੁਆਵਾਂ ਨਿਕਲਦੀਆਂ ਨੇ। ਦੇਖੀਏ, ਸਵਾਲ ਸਹੀ ਜਾਂ ਗਲਤ ਕਾ ਨਹੀਂ ਹੈ, सवाल है बद इंतजामी का। जो मैं सुन रहा हूँ अगर ये सही है तो बहुत अफसोस की बात है। जो भी व्यक्ति कानून अपने हाथ में लेने की कोशिश करेगा उसे बख्शा नहीं जाएगा। कौन कहंदे कि सरदार साहब गलत ने? सरदार साहब बिल्कुल सही ने। सरदार साहब नू मेरी ही उम्र लग जावे, वो साडे रखवाले ने। कोई तो हमारी सुरक्षा के लिए है। सरदार साहब साडे वास्ते रब वर्गे ने। ओना वास्ते मेरे दिलो दुआवां निकलदियां ने। उनके लिए मेरे दिल से दुआएं निकलती हैं। पिंदे, क्या सोच रहा है तू? हां, गल ही सोचण वाली है। आ सरदार साहब तां पहले ही साडी अप्रोच तो बाहर सी, आ कांड करके तां होर भी हीरो बन गया। घबरा मत, इसी कांड से उसे हीरो से जीरो बनाऊंगा मैं। की गल्ला कर दियो मंत्री साहब, ओए एहो जे तां हजारा कांड पहला कीते उहने, उदों किथे सी तुसी? मैं तो यहीं था, लेकिन उस वक्त तू नहीं था ना मेरे साथ। अब देख सियासत की शतरंज की चाल। हाँ भाई राठी। जी सर, हो जाएगा सर।
को पता भी है ये हॉस्पिटल है किसका? अच्छी तरह से पता है सरदार साहब, सरदार साहब का, जो समाज सेवा की आड़ में ये ड्रग्स का धंधा कर रहा है। पुलिस वालों शहर पर विच मारे छापे आ चुके। सरदार साहब के कई ठिकाने तो भारी मात्रा में ड्रग्स बरामद हुई हैं। पुलिस, सरकार, मीडिया सारे विके हुए ने। किसी ते भरोसा करना ठीक नहीं है। बाकी असी वेखदे हां कि इन्हां केसां दा किद्दां हिल्ला वसीला हुंदा है। उदों तक तुहाडा किसी सेफ जगह ते लुक के रहना ही ठीक है। जदों लुकना सी उदों लुकिया नहीं, जदों झुकना सी उदों झुकिया नहीं, जदों रुकना सी उदों रुकिया नहीं। फिर हुण क्यों, हुण क्यों लुका मैं? लुकना नहीं बाई जी, बस कुछ दिनां लई ओले ही होना है। ये रब भी ओले करके बचा हुंदा है। जे सामने हुंदा तां इन्हां लोकां ने उहनूं भी वेच के खा जाणा सी। निशांत भाजी एकदम ठीक कह रहे हैं सरदार साहब। मैं दीवा लगता जिन्ना नूं मेरे सूरज बनन तो डरदे ने। मैनूं किसे तरीके कुल करिए हवावा नाल सलावा करदे ने, पर मेरी सच्चाई दा सूरज अनेरे नूं चीर के निकलेगा। ਕਿੱਦਾਂ ਵਿਚੜ ਵਿਚੜ ਝਾਕ ਰਿਹਾ? ਉਹ ਸਪੈਲਿੰਗ ਤਾਂ ਠੀਕ ਕਰ ਲੈਂਦਾ, ਦਲਜੀਤ ਚ ਡੀ ਏ ਐਲ ਹੁੰਦਾ। ਜਿੱਦਾਂ ਤੇਰਾ ਨਾਂ ਨੀ ਦਲਜੀਤ ਦੁਸਾਂਝ ਤੇ ਲਿਖਿਆ ਆ, ਜਿਹੜਾ ਫਿਲਮਾਂ ਬਣਾਉਂਦਾ ਸਰਦਾਰ ਜੀ ਤੇ ਗਾਣੇ ਗਾਉਂਦਾ ਪਟਿਆਲਾ ਪੈਗ ਵਾਲੇ। ਦਲਜੀਤ, ਬਲਿੰਟਨ ਤੋਂ ਬਰਾੜ ਸਾਹਿਬ ਦੀ ਕੁੜੀ ਦਾ ਰਿਸ਼ਤਾ ਆਇਆ। ਬੜੀ ਸੋਹਣੀ ਸੁਨੱਖੀ ਕੁੜੀ ਹੈ, ਜੇ ਤੂੰ ਕਵੇਂ ਤਾਂ ਮੈਂ ਗੱਲ ਅੱਗੇ ਵਧਾਵਾਂ। ਉਹ ਪੂਆ ਮਾਫ਼ ਕਰ, ਨਹੀਂ ਕਰਾਉਣਾ ਅੱਜ ਮੈਂ ਵਿਆਹ ਵਿਊ। ਨਾ ਹੋਰ ਕਦੋਂ ਕਰਾਏਗਾ, ਜਦੋਂ ਦਾੜੀ ਤੇ ਵੇੜ ਉੱਗਿਆ ਤੇਰੇ। ਚੁੱਪ ਕਰ, ਜੇ ਮੇਰਾ ਭਤੀਜਾ ਅੱਜ ਹਾਂ ਕਰੇ ਕੁੜੀਆਂ ਦੀ ਲੈਣ ਲਾ ਦਵਾਂ। ਆਈ ਲਵ ਯੂ ਪੂਆ, ਲਵ ਯੂ ਟੂ ਪੁੱਤ, ਬਟ ਮੈਂ ਅੱਜ ਵਿਆਹ ਨਹੀਂ ਕਰਾਉਣਾ। ਪਰਾ ਮਾਰ, ਬੰਨ ਲਾ ਸਿਹੜਾ ਹੁਣ ਇਹਦੇ ਮੌਮ। Excuse me. What? It's not yours. Even you know that.
मनु सच्ची है लगे सी वो पजेब तो हड्डी नो नो एक्चुअली आई एम रियली सॉरी मैं तुहानू गलत समझ लिया सी हुण मैनू पता लग गया तुसी दिलजीत बाजवा ओह थैंक गॉड किताब ते फोटो लवाउन दा फायदा हो गया आई एम महक एंड आई एम दिलजीत आई नो एंड आई ओ यू अ कॉफी कॉफी यस जे तुसी मैनू माफ करता तुहानू मेरे नाल कॉफी पीनी पेगी चलो मैं ते मेरे डैड कुछ टाइम पहले ही न्यूजीलैंड मूव होया ते ए इत्थे दी मेरी बेस्ट प्लेस है नाइस है थैंक्स सो थोड़ी बाय द वे नवी बुक कदों आ रही है अजे तो नहीं वैसे भी किताब तो मैं शौकिया लिखदा मेरा ते इवेंट मैनेजमेंट दा बिजनेस है डोंट टेल मी व्हाट आई मीन असी भी किसी इवेंट मैनेजमेंट कंपनी नु लब रहे हैं एज माय डैड इज ओपनिंग अप अ क्लब ओवर हियर वी नीड अ बॉलीवुड स्टार ओके So, can you help us? Why not? Oh, great. So, we are team now. Tusi kal kare aa jao, aake dad nu mil lena, nale kam di gal vi kar lange. I mean, if you are not busy. Okay. Karta vadiya bana hai? Kaafi money spend kiti honi aa. Hello. Oh, hi. Aaj. Diljit Bajwa. Please sit down. Ji, ye mera cousin te business partner Laddu. Laddu. ji, naam ta da Dilip hai, par pyar na assi inu Laddu kehne. Okay. महक सॉरी पापा ए तो दे क्यूट जे मुंडे दा नाते लड्डू ही होना चाहिए थे मैं ते प्यार ना लड्डू ही कहूंगी तुहाडी कंपनी दा नाम की है जी फाइव रिवर्स एंटरटेनमेंट फाइव रिवर्स पंज आप यानी के पंजाब बहुत चंगा लग्या सुन के कि तुसी परदेसां च रह के भी अपने कल्चर नाल जुड़े होए हो थैंक यू सर वेल महक ने शायद तुहानू दस ही दिता होना है कि असी अपने क्लब की ओपनिंग वास्ते किसी बॉलीवुड स्टार नू बुलाना चाहते हैं व्हाट डू यू थिंक जी क्लब दी ओपनिंग जिदा अंकल तुसी वड़ी ना करो जेड़ा भी थानू बॉलीवुड स्टार चाहिदा आ ताडे सामने ला के बिठा देना ताडे क्लब दी पूरे न्यूजीलैंड विच बल्ले बल्ले करवा देनी आ ए ताडे नाल दिलीप दा आई मीन लड्डू दा वादा आ लै वी पढ़ावा अपनी लाइफ ता पूरी सूत आ जिदा पूरी सेट आ ਲਾਈਫ ਦੇ ਵਿੱਚ ਸਾਰਾ ਕੁਝ ਸੀ ਜਿੱਦਾਂ ਦੌਲ ਤੇ ਆ ਸੋੜ ਤੇ ਆ ਸੋਹਣੀ ਸ਼ਕਲ ਸੂਟ ਤੇ ਆ ਜਿਹੜੀ ਚੀਜ਼ ਦੀ ਕਮੀ ਸੀ ਉਹ ਵੀ ਪੂਰੀ ਕਰ ਦਿੱਤੀ ਆ ਰੱਬ ਨੇ ਯਾਨੀ ਸਾਰੀਆਂ ਆਸਾਵਾਂ ਪੂਰੀਆਂ ਹੋ ਗਈਆਂ ਤੇ ਚਾਹੇ ਅੱਜ ਮਰ ਜਾਈਏ ਆਪਾਂ ਜਿੱਦਾਂ ਕੀ ਨਾਂ ਹੈ ਤੇਰਾ ਜਿੱਦਾਂ ਦਿਲਜੀਤ ਚਲ ਜੋ ਵੀ ਆ ਜਿਹੜਾ ਈਵੈਂਟ ਦਾ ਕੰਮ ਆ ਉਹ ਤੂੰ ਇਕੱਲੇ ਹੀ ਰਨ ਕਰੇਗਾ ਮੈਂ ਤਾਂ ਹੁਣ ਪਾਪਾ ਦਾ ਕਲੱਬ ਹੀ ਰਨ ਕਰੂ ਪਾਪਾ ਹਾਂ ਜਿੱਦਾਂ ਮਹਿਕ ਨਾਲ ਮੇਰਾ ਵਿਆਹ ਹੋ ਜਾਂਦਾ ਆ ਤਾਂ ਜਿਹੜੇ ਚੀਮਾ ਸਾਹਿਬ ਹੈ ਮੇਰੇ ਪਾਪਾ ਹੀ ਹੋਏ ਤੇ ਜਿੱਦਾਂ ਕੰਮ ਵੀ ਉਹਨਾਂ ਦਾ ਮੈਂ ਹੀ ਰਨ ਕਰਨਾ ਆ ਬੱਚਿਆਂ ਦਾ ਨਾਮ ਵੀ ਰੱਖ ਹੀ ਲੈ ਉਹ ਵੀ ਮੈਂ ਸੋਚ ਰੱਖਿਆ ਵੀ ਜਿਹੜਾ ਮੇਰਾ ਵੱਡਾ ਮੁੰਡਾ ਹੋਇਆ ਨਾ ਉਹਦਾ ਨਾਮ ਰੱਖਣਾ ਆ ਮੈਂ ਛੋਟਾ ਲੱਡੂ ਛੋਟਾ ਲੱਡੂ ਮੈਂ ਕਿਹਨੂੰ ਲੱਡੂ ਪਸੰਦ ਆ ਨਾ ਜੇ ਕੁੜੀ ਹੋਈ ਜੇ ਕੁੜੀ ਹੋਈ ਫਿਰ ਪਿੰਨੀ ਰੱਖਣਾ ਆ ਜਿੱਦਾਂ ਆਪਾਂ ਗੋਲ ਮਠਿਆਈ ਤੋਂ ਬਾਹਰ ਨਹੀਂ ਜਾਣਾ ਆ ਅੱਜ ਸੂਟ ਪੰਜਾਬੀ ਪਾਦਾ ਸੀ ਫਰਮਾਇਜ ਤੇ ਅੱਜ ਸੂਟ ਪੰਜਾਬੀ ਪਾਦਾ ਸੀ ਫਰਮਾਇਜ ਤੇ ਸੂਟ ਪੰਜਾਬੀ ਪਾਦਾ ਸੀ ਫਰਮਾਇਜ ਤੇ
ਜਾਣੀ ਜੱਪੇ 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 ਗਾਣ ਗਾਣ ਸੁਣ ਪੁੱਜ ਜੱਜ ਦੀ ਬੜਾਨੀ ਦਿਲ ਮੇਰਾ ਹੁਣ ਤੇਰਾ ਹੋ ਗਿਆ ਨੀ ਵੇਖਾਂ ਤੈਨੂੰ ਜਿਵੇਂ ਖਿੱਚਦੀ ਤੂੰ ਦਾਰੂ ਤੂੰ ਰੱਬ ਦੀ ਨੀ ਆ ਜੇ ਮਜ਼ਾ ਨੀ ਫੈਮਲੀ ਮੋਮ ਤਾਂ ਬਹੁਤ ਸਾਲ ਪਹਿਲਾਂ ਡੈਡ ਇੰਡੀਆ ਚ ਨੇ ਉਹਨਾਂ ਦਾ ਬਿਜ਼ਨਸ ਹੈ ਉੱਥੇ ਐਂਡ ਯੋਰ ਵਾਈਫ ਐਂਡ ਕਿਡਸ ਵਾਈਫ ਮੇਰੇ ਤੇ ਹਲੇ ਵਿਆਹ ਹੀ ਨਹੀਂ ਹੋਇਆ ਵਿਆਹ ਨਹੀਂ ਹੋਇਆ ਇਸ ਉਮਰ ਚ ਵੀ ਬਸ ਬਿਜ਼ਨਸ ਵਗੈਰਾ ਸੈੱਟ ਕਰਨ ਦੇ ਚੱਕਰ ਵਿੱਚ ਬਾਈ ਦਾ ਵੇ ਇਸ ਉਮਰ ਚ ਵੀ ਤਾਂ ਕੀ ਮਤਲਬ ਹੈ ਆਈ ਮੀਨ ਹੁਣ ਤੱਕ ਤੇ ਹੋ ਜਾਣਾ ਚਾਹੀਦਾ ਸੀ ਨਾ ਇਸ ਉਮਰ ਚ ਵੀ ਇਸ ਉਮਰ ਚ ਵੀ ਇਸ ਉਮਰ ਚ ਵੀ ਤਾਂ ਇਦਾਂ ਬੋਲਦੀ ਜਦੋਂ ਆਵਾਜ਼ 16 ਸਾਲ ਦੀ ਹੁੰਦੀ ਹੈ ਵੈਸੇ 13 ਹੋ ਚੁੱਕੇ ਵਿਆਹ ਹਾਂ ਦੇਖਿਆ ਹੁਣ ਆਪਣੀ ਵਾਰ ਤੇ ਕੀ ਤੇਰਾ ਹੋ ਚੁੱਕਿਆ ਹਾਂ ਮੇਰਾ ਵਿਆਹ ਹੋ ਗਿਆ ਓ ਕਹਿੰਦੇ ਤੂੰ ਝੂਠ ਬੋਲਦਾ ਮੈਂ ਕੁਆਰੀ ਆ ਓਏ ਤਮੀਜ਼ ਨਾ ਮੇਰਾ ਦਿਲ ਟੁੱਟਿਆ ਤੈਨੂੰ ਤਮੀਜ਼ ਦੀ ਪਈ ਹੋ ਆ ਮੈਂ ਤਾਂ ਕਹਿੰਦੀ ਸੀ ਮੈਨੂੰ ਲੱਡੂ ਪਸੰਦ ਆ ਆ ਪਤਾ ਨਹੀਂ ਕਿਹੜੇ ਬਰੋਕਲੀ ਦੇ ਪਕੌੜੇ ਨਾਲ ਵਿਆਹ ਕਰਾਈ ਫਿਰਦੀ ਆ ਇੱਕ ਤੇ ਪਤਾ ਨਹੀਂ ਸੋਹਣੀ ਕੁੜੀਆਂ ਨੂੰ ਵਿਆਹ ਕਰਾਉਂਦੀ ਨਹੀਂ ਕਾਲੀ ਕਿਉਂ ਹੁੰਦੀ ਆ ਕੀ ਹੋਇਆ ਜੀਤੇ ਉੱਤੇ ਕਿਉਂ ਆ ਗਿਆ ਕੁਛ ਨਹੀਂ ਬੁਆ ਇਹਨਾਂ ਮੁੰਡਿਆਂ ਦਾ ਵੀ ਨਾ ਪਤਾ ਹੀ ਨਹੀਂ ਚੱਲਦਾ यहाँ से गुजर रहा था सोचा आपसे मिलता चलो हाँ? चीमा साहब ने बुलाया सी ओह सॉरी अंदर आओ पापा आंदे ही होंगे तुसी दसो की लोगे पानी ठीक है तुसी बैठो मैं लेके आई ਤੁਸੀਂ ਹਜੇ ਤੱਕ ਬੈਠੇ ਕਿਉਂ ਨਹੀਂ ਦੇਖਦਾ ਸੀ ਕੋਈ ਫੋਟੋ ਫੋਟੋ ਨਹੀਂ ਲਾਈ ਹੋਈ ਕਿੰਨੀਆਂ ਫੋਟੋਆਂ ਤਾਂ ਲੱਗੀਆਂ ਘਰ ਚ ਨਹੀਂ ਤੇਰੇ ਹਸਬੰਡ ਦੀ ਫੋਟੋ ਓ ਤੇ ਤੁਸੀਂ ਮੇਰੇ ਹਸਬੰਡ ਦੀ ਫੋਟੋ ਦੇਖਣਾ ਚਾਹੁੰਦੇ ਹੋ ਵੈਸੇ ਹੀ ਨੋਟਿਸ ਜਾ ਕੀਤਾ ਆਓ ਮੈਂ ਤੁਹਾਨੂੰ ਦਿਖਾਨੀ ਹਾਂ ਜਦੋਂ ਚੱਲਾ ਮੇਰਾ ਝੂਟੇ ਖਾਂਦਾ ਲੱਕ ਹਰ ਮੁੰਡੇ ਦੀ ਆ ਮੇਰੇ ਉੱਤੇ ਅੱਖ ਵੇ ਮੈਂ ਕੱਲਾ ਬੈਠਾ ਅੰਬ ਰਵਾਂ ਚੂਪਦਾ ਮੁੰਡਾ ਮੈਂ ਕਿਸੇ ਹੋਰ ਟੈਬ ਟੂਪਦਾ ਮੁੰਡਾ ਮੈਂ ਕਿਸੇ ਹੋਰ ਟੈਬ ਟੂਪਦਾ
वहां तेरा हस्बैंड है? या तू शोर आही तेरा हस्बैंड है? या कोई तो अपना हस्बैंड कितने है? वहां थर्ड क्लास सिंगर पिंकू मोकी वाला आ तेरा हस्बैंड है? हाँ ये मेरा हस्बैंड है, सुपरस्टार इंडिया दा। मैं कि तू सारा चेक चुक सारा तेरी चलो सोना ना सही घट तो घट मुंडे नाल तकड़ा लेंदी। चीमा साहब तुसी क्यों खेचल कीती? मैनू फोन करना सेगा, मैं आ जांदा। मैं इधरों गुजरिया सी, सोचिया जांदे जांदे तेरा ऑफिस भी देखदा जावा। ओह सी व्यू गुड, तेरा ऑफिस क्लासी है भाई। थैंक यू, आई लाइक क्लासी थिंग्स। पर तेनू मेरा क्लब भी क्लासी लग्या कि नहीं? साढ़े ऑफिस तो भी ज्यादा क्लासी सर। सीरियसली तुसी आप इन्ने क्लासी हो, नेचुरली तुहाडी हर चीज क्लासी होनी है। पर की सर, तुहाडा घर, तुहाडा क्लब, तुहाडा लाइफस्टाइल हर चीज क्लासी है। बट डोंट माइंड सर, तुसी महक दा व्याह अपनी क्लास दे हिसाब नाल नहीं कीता? महक दा व्याह? आर यू किडिंग और व्हाट? महक दा तां अजे व्याह ही नहीं होया। ओ मोमबत्ती वाला डिनर, कैंडल लाइट डिनर नहीं बोलिया जाता पेंडू तो। हाय जीत। हेलो। की गल है, कोई ऑफिस दिख नहीं रहा? सैटरडे ना? ओ यस। व्हाट? मैं सोच रहा सी तू इत्थे ओ उत्थे, कल कुछ पल्ले नहीं पई। तुसी आखिर मिलदे कदों? किदी गल कर रहे हो? पिंकू मोके वाला। पिंकू? हाँ पिंकू। ऑफ कोर्स पिंकू, मैं इत्थे ते उत्थे, क्योंकि पिंकू दा बिजनेस सारा इंडिया है। ओ शोज वगैरह करदा रहंदा है, सो ही इज बिजी मैन। फोन वोन ते करदा ही होना है ना? वेल कदे कदे, पर जे तू फोन करता है ना, ओ माय गॉड, एक ही रट लगाई रखता है। आई लव यू स्वीटी, आई लव यू जान, यू नो। बट आप जो बिजी होते ने ना, एक भी फोन नहीं चकते, नो आंसर। तुसी तां जानदे ही होवोगे सुपरस्टार्स दी लड़ाई, इसी करके मेरा मूड भी थोड़ा ऑफ है अज। तुसी भी नोट किया होना? हां मैनू भी लग्या सी। एनीवेज चलिए आपां। चलो। एक्सक्यूज मी, हेलो। हाय बेबी, मैं जानू, पिंकू बोल रहा हूँ। पिंकू? कौन पिंकू? रॉन्ग नंबर। पिंकू तेरा हस्बैंड? फोन क्यों करता? गल तो करनी सी। कोई गल नहीं करनी मेरे नाल। सवेरे किन्ने फोन किए मैं, एक भी फोन चक्के इन्हें मेरा? इना गुस्सा चंगा नहीं होता, आफ्टर ऑल हबी है तेरा। मेरे होंदे कोई नाराज नहीं, मैं गल करा के रहना। जीत, wait a minute. फोन क्यों करता जानू? I love you. ओ भी इन्हें प्यार ना, जो आप तो दे। मशोना, my baby. मैं बिजी हूँ, बात गल कर दिया तेरे नाल। ना कोई बिजी बुजी नहीं है, गल कर। बोल, की गल करनी है? Baby, तेरे बिना मेरा जी नहीं लग गया, मैं इत्थे ही आ गया। इत्थे? ओ पूछे इत्थे किथे? इत्थे किथे? न्यूजीलैंड से किथे? न्यूजीलैंड से किथे? तेरे पीछे मेरी जान, एक बार पीछे मुड़ के ना देख। यो, प्लीज वेलकम, पिंकू मोके वाला इन द हाउस। जदों चला मेरा झूठे खांदा लक, हर मुंडे दिया मेरे उत्ते अख। ਜਦੋਂ ਚੱਲਾ ਮੇਰਾ ਝੂਟੇ ਖਾਂਦਾ ਲੱਕ, ਹਰ ਮੁੰਡੇ ਯੂ ਆਰ ਸੋ ਲੱਕੀ, ਮੇਰੇ ਉੱਤੇ ਅੱਖ,
ਵੇ ਮੈਂ ਕੱਲਾ ਬੈਠਾ ਅੰਬ ਰਵਾਂ ਚੁੱਪਦਾ ਗਿਵ ਮੀ ਅ ਹਗ ਪਲੀਜ਼ ਨੋ ਇੱਕ ਚੱਪੀ ਤਾਂ ਬਣਦੀ ਹੈ ਇਹ ਦੂਰੋਂ ਆਇਆ ਨੋ 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 ਮੇਰਾ ਹਸਬੰਡ ਆ ਨੋ ਜੇ ਮੇਰੇ ਕੋ ਸੰਗ ਲੱਗਦੀ ਤੇ ਮੈਂ ਹਟ ਜਾਣਾ ਮੈਰਿਜ ਹਸਬੈਂਡ ਥੈਂਕ ਯੂ ਪਿੰਕੂ ਥੈਂਕ ਯੂ ਵੈਂਕੇ ਛੱਡੋ ਮੇਰੀ ਪੇਮੈਂਟ ਕਰੋ ਮਮਾ ਲੈ ਬਈ ਤੂੰ ਤਾਂ ਚੱਲ ਥੈਂਕ ਯੂ ਜੀਤ ਹਾਂ ਮੈਂ ਇੱਕ ਗੱਲ ਕਰਨੀ ਸੀ ਹੁਕਮ ਕਿਉਂ ਨਾ ਆਪਾਂ ਵਿਆਹ ਕਰਾ ਲਈਏ ਕੀ ਹਾਂ ਕੀ
की गल ब्याह नहीं करवाना? ਸਿਤਾਰਿਆਂ ਤੋਂ ਵੀ ਉੱਤੇ ਹੈਗੀ ਤੂੰ, ਤੇਰੇ ਬਾਅਦ ਦੁਨੀਆ ਐਂਡ ਹੈ। ਦਿਲਜੀਤ ਦਾ ਡਾਇਲੋਗ। ਦਿਲਜੀਤ ਦਾ ਡਾਇਲੋਗ? ਦਿਲਜੀਤ ਦਾ ਨਹੀਂ, ਦਿਲਜੀਤ ਦਾ ਡਾਇਲੋਗ। ਉਹ ਗੱਲ ਸੁਣ, ਤੂੰ ਵਿਆਹ ਕਿਤਨਾ ਕਰ ਰਹੀ ਹੈ? ਦਿਲਜੀਤ ਨਾ ਕਰ ਰਹੀ ਕਿ ਦਿਲਜੀਤ ਨਾ ਕਰ ਰਹੀ ਹੈ? ਦਿਲਜੀਤ ਨਾਲ। ਤੇ ਪ੍ਰਮੋਸ਼ਨਾਂ ਤੂੰ ਦਿਲਜੀਤ ਦੀਆਂ ਕਰੀ ਜਾਂਦੀ ਹੈ? ਹਾਊ ਰੂਡ ਹੀ ਇਜ਼। ਵੈਸੇ ਡਾਇਲੋਗ ਤਾਂ ਦਿਲਜੀਤ ਦੇ ਹੀ ਹੈ, ਪਰ ਮਹਿਕ ਤੇ ਦਿਲਜੀਤ ਦੀ ਹੈ ਨਾ। ਬਸ ਹੁਣ ਗੱਲਾਂ ਹੀ ਕਰੀ ਜਾਣੀਆਂ ਕਿ ਪਾਪਾ ਨਾਲ ਵਿਆਹ ਦੀ ਗੱਲ ਵੀ ਕਰਨੀ ਹੈ। ਕਰ ਲਾਂਗੇ ਤੇਰੇ ਬੁੜੇ ਨਾਲ ਗੱਲ। ਤੇਰੀ ਆਹੀ ਗੱਲਾਂ ਕਰਕੇ ਪਾਪਾ ਨੇ ਨਾ ਕਰ ਦੇਣੀ ਹੈ। ਜੇ ਤੇਰੇ ਬੁੜੇ ਨੇ ਨਾ ਕਰ ਵੀ ਦਿੱਤੀ ਤਾਂ ਚੱਕ ਕੇ ਲਿਆਵਾਂਗੇ ਸੋਹਣੀਏ। ਚਾਹ? ਮਹਿਕ ਨੇ ਦੱਸਿਆ ਮੈਨੂੰ, ਮੈਨੂੰ ਕੋਈ ਇਤਰਾਜ਼ ਨਹੀਂ ਹੈ, ਜੋ ਇਹਦੀ ਖੁਸ਼ੀ ਹੈ ਬਟ ਨੈਚੁਰਲ ਮੇਰੀ ਖੁਸ਼ੀ ਵੀ ਉਹੀ ਹੋਏਗੀ। ਕਦੋਂ ਮਿਲ ਸਕਦੇ ਹਾਂ ਤੁਹਾਡੇ ਫਾਦਰ ਸਾਹਿਬ ਨੂੰ? ਜੀ ਪਾਪਾ ਤਾਂ ਦਿੱਲੀ ਬਿਜ਼ਨਸ ਕਰਦੇ ਨੇ, ਸਾਲ 'ਚ ਇੱਕ ਅੱਧੀ ਵਾਰੀ ਆਉਂਦੇ ਇੱਥੇ। ਅੱਛਾ, ਦੇਖੋ ਬੇਟਾ ਵਿਆਹ ਦਾ ਮਾਮਲਾ ਹੈ, ਮਿਲਣਾ ਤਾਂ ਉਹਨਾਂ ਨੂੰ ਪਏਗਾ ਹੀ। ਜੀ ਐਕਸਕਿਊਜ਼ ਮੀ। ਵਿਆਹ ਤੋਂ ਬਾਅਦ ਇੱਥੇ ਆਉਣਗੇ? ਸਟ੍ਰੇਂਜ, ਵੈਰੀ ਸਟ੍ਰੇਂਜ। ਆਪਣੇ ਮੁੰਡੇ ਦੇ ਵਿਆਹ ਤੋਂ ਜ਼ਿਆਦਾ ਵੱਡਾ ਕੰਮ ਉਹਨਾਂ ਲਈ ਹੋਰ ਹੋ ਕੀ ਸਕਦਾ ਹੈ? ਅਤੇ ਉਹਨਾਂ ਤੋਂ ਬਿਨਾਂ ਵਿਆਹ ਹੋਵੇਗਾ ਕਿਵੇਂ? ਜੀ ਮੈਂ ਜਾਣਦਾ, ਪਰ ਕੋਈ ਬਹੁਤ ਜ਼ਰੂਰੀ ਕੰਮ ਆ ਗਿਆ ਹੋਣਾ ਉਹਨਾਂ ਨੂੰ। ਆਪਾਂ ਐਵੇਂ ਨਾ ਕਰੀਏ, ਜੇ ਉਹ ਇੱਥੇ ਨਹੀਂ ਆ ਸਕਦੇ ਆਪਾਂ ਤਾਂ ਉੱਥੇ ਜਾ ਸਕਦੇ ਹਾਂ ਨਾ। ਜੀ ਮੈਂ ਕਈ ਵਾਰ ਉਹਨਾਂ ਨੂੰ ਉੱਥੇ ਆਉਣ ਲਈ ਕਿਹਾ, ਪਰ ਉਹਨਾਂ ਨੂੰ ਮੇਰਾ ਇੰਡੀਆ ਆਉਣਾ ਪਸੰਦ ਨਹੀਂ। ਤੇ ਉਹਨਾਂ ਨੂੰ ਦੱਸਣ ਦੀ ਕੀ ਲੋੜ ਹੈ, ਸਿੱਧੇ ਜਾ ਕੇ ਉਹਨਾਂ ਨੂੰ ਸਰਪ੍ਰਾਈਜ਼ ਦਿੰਨੇ ਆ, ਕਿਉਂ ਹੈ ਨਾ? ਦਿਲਜੀਤ ਵੀੜੇ, ਤੂੰ ਇੱਕ ਵਾਰੀ ਵੀ ਨਹੀਂ ਦੱਸਿਆ ਮੈਨੂੰ ਕਿ ਤੂੰ ਮਹਿਕ ਨੂੰ ਲਵ ਕਰਦਾ ਆ, ਇਹਦੇ ਚ ਲੁਕਾਉਣ ਵਾਲੀ ਕਿਹੜੀ ਗੱਲ ਸੀ? ਲੱਡੂ ਤੇਰਾ ਭਰਾ ਆ, ਤੇਰਾ ਫਰੈਂਡ ਆ, ਕੁੜੀਆਂ ਕੀ ਤੇਰੇ ਤੋਂ ਜਾਨ ਵੀ ਪਾੜ ਸਕਦਾ? ਓ ਯਾਰ ਮਾਮਾ, ਉਹ ਤਾਂ ਵੈਸੇ ਵੀ ਤੇਰਾ ਕੋਈ ਚਾਂਸ। ਓਕੇ ਡੋਨਟ ਵਰੀ, ਮੈਂ ਤੇਰੇ ਤੇ ਮਹਿਕ ਦੇ ਵਿੱਚ ਨਹੀਂ ਆਉਣਾ ਮੰਗਦਾ ਹੁਣ, ਟਰਸਟ ਮੀ। ਮੈਨੂੰ ਤਾਂ ਬਥੇੜੀਆਂ ਮਿਲ ਜਾਣੀਆਂ, ਚੰਗਾ ਹੋਇਆ ਤੈਨੂੰ ਮਹਿਕ ਮਿਲ ਗਈ, ਨਹੀਂ ਤੇਰੀ ਤਾਂ ਉਮਰ ਵੀ ਹੋਈ ਹੋਆ ਹੁਣ। ਇੱਕ ਤਾਂ ਯਾਰ ਮੇਰੀ ਉਮਰ ਪਿੱਛੇ ਪਤਾ ਨਹੀਂ ਕਿਉਂ ਪਏ ਨੇ। ਚੱਲ ਚੱਲਦਾ ਫਿਰ ਮੈਂ। ਓਕੇ, ਧਿਆਨ ਰੱਖੀ ਆਪਣਾ, ਕਮ ਬੈਕ ਸੂਨ ਹੋਈ ਹੈ। ਪਾਪਾ ਕੱਲ ਦਲਜੀਤ ਭਾਅ ਜੀ ਆ ਰਹੇ ਆ। ਜਗਰਾਜ ਤੈਨੂੰ ਪਤਾ ਸਾਰੇ ਹਾਲਾਤਾਂ ਦਾ, ਰੋਕਣਾ ਸੀ ਉਹਨੂੰ। ਮੈਂ ਤੇ ਰੋਕਿਆ ਸੀ, ਪਰ ਉਹ ਕਹਿੰਦੇ ਆਉਣਾ ਬਹੁਤ ਜ਼ਰੂਰੀ ਹੈ। ਠੀਕ ਹੈ, ਮੈਂ ਵੇਖਦਾ ਕੀ ਕਰਨਾ। ਓ ਬਾਜੀ, ਸਭ ਕੌਣ ਨੇ ਗੈਂਗਸਟਰ ਦੇ ਕੀ? ਓ ਭਾਜੀ ਚਲੋ ਤੁਸੀਂ ਯਾਰ।
ਸਤਿ ਸ੍ਰੀ ਅਕਾਲ ਚਾਚਾ ਜੀ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਠੀਕ ਠਾਕ? ਇਕਦਮ ਵਧੀਆ ਜੀ। ਚਾਚਾ ਜੀ, ਇਹ ਮਹਿਕ। ਸਤਿ ਸ੍ਰੀ ਅਕਾਲ ਜੀ। ਤੇ ਮਹਿਕ ਦੇ ਫਾਦਰ। ਸਤਿ ਸ੍ਰੀ ਅਕਾਲ ਜੀ। ਚਾਚਾ ਜੀ, ਆਪਾਂ ਹੋਟਲ 'ਚ ਕਿਉਂ? ਤੇਰੇ ਸਾਰੇ ਸਵਾਲਾਂ ਦਾ ਜਵਾਬ ਬਾਈ ਜੀ ਦੇਣਗੇ। ਪਰ ਡੈਡ ਹੈ ਕਿੱਥੇ ਨੇ? ਸੱਚੀ ਗੱਲ ਇਹ ਹੈ ਦਲਜੀਤ, ਕਿ ਇੱਥੇ ਹਾਲਾਤ ਬਿਲਕੁਲ ਠੀਕ ਨੇ। ਬਾਈ ਜੀ ਜਿੱਥੇ ਵੀ ਹੈ ਬਿਲਕੁਲ ਮਹਿਫੂਜ਼ ਹੈ। ਉਹਨਾਂ ਨੂੰ ਪਤਾ ਤੇਰੇ ਆਉਣ ਦਾ, ਸਹੀ ਵਕਤ ਆਉਂਦੇ ਤੈਨੂੰ ਮਿਲਾ ਦਿੱਤਾ ਜਾਏਗਾ। ਪਰ ਚਾਚਾ ਜੀ, ਜਗਰਾਜ ਜੀ, ਪਾਪਾ, ਦਲਜੀਤ ਤੇ ਇਹਨਾਂ ਦੇ ਮਹਿਮਾਨਾਂ ਦਾ ਖਿਆਲ ਕਰੋ ਜੀ। ਮਿਲਦੇ ਹਾਂ ਭਾਜੀ। ਆਓ ਜੀ। ਜੀਤ, ਇਹ ਕੀ ਦੇਖ ਰਿਹਾ ਮੈਂ? ਯੂ ਸੈਡ ਕਿ ਤੇਰੇ ਫਾਦਰ ਬਹੁਤ ਵੱਡੇ ਬਿਜ਼ਨਸਮੈਨ ਹੈ। ਆਫਟਰ ਆਲ, ਬਿਜ਼ਨਸ ਹੈ ਕੀ ਤੁਹਾਡਾ? ਬਿਜ਼ਨਸ ਤਾਂ ਟ੍ਰਾਂਸਪੋਰਟ ਦਾ ਹੀ ਹੈ ਜੀ। ਤੁਸੀਂ ਲੋਕ ਕਿਤੇ ਗਲਤ ਕੰਮ 'ਚ ਇਨਵੋਲਵ ਤਾਂ ਨਹੀਂ? ਡੈਡ, ਲੁੱਕ ਮਹਿਕ, ਤੂੰ ਜੋ ਕਿਹਾ ਮੈਂ ਮੰਨਿਆ, ਬਟ ਜਿਸ ਆਦਮੀ ਨਾਲ ਮੇਰੀ ਬੇਟੀ ਨੇ ਸਾਰੀ ਉਮਰ ਗੁਜ਼ਾਰਨੀ ਹੈ ਉਹਦੇ ਬਾਰੇ ਜਾਣਨ ਦਾ ਮੇਰਾ ਹੱਕ ਵੀ ਹੈ ਤੇ ਫਰਜ਼ ਵੀ। ਅੰਡਰਸਟੈਂਡ? ਬਿਲੀਵ ਮੀ ਮਹਿਕ, ਮੈਨੂੰ ਤਾਂ ਆਪ ਕੁਛ ਨਹੀਂ ਪਤਾ, ਮੈਂ ਤਾਂ ਆਪ ਪਹਿਲੀ ਵਾਰੀ ਆਇਆ। ਭਾਜੀ, ਸਰਦਾਰ ਸਾਹਿਬ ਨੇ ਬੁਲਾਇਆ। ਸਿਰਫ ਤੁਹਾਨੂੰ। ਭਾਜੀ ਤੁਸੀਂ ਰੁਕੋ, ਸਰਦਾਰ ਸਾਹਿਬ ਆ ਰਹੇ ਆ। ਅਚਾਨਕ ਦੇਖ ਕੇ ਖੁਸ਼ੀ ਵੀ ਹੋ ਰਹੀ ਹੈ ਤੇ ਗੁੱਸਾ ਵੀ ਆ ਰਿਹਾ। ਕੋਈ ਗੱਲ ਸੀ ਤਾਂ ਤੈਨੂੰ ਮਨਾ ਕੀਤਾ ਸੀ। ਇੱਥੇ ਦੇ ਹਾਲਾਤ ਨਹੀਂ ਪਤਾ ਤੈਨੂੰ। ਸਹੀ ਕਹਿ ਰਹੇ ਹੋ ਡੈਡ, ਇੱਥੋਂ ਦੇ ਹਾਲਾਤ ਨਹੀਂ ਸੀ ਮੈਨੂੰ ਪਤਾ, ਪਰ ਇਹ ਸਭ ਦੇਖ ਕੇ ਹੁਣ ਕਾਫੀ ਅੰਦਾਜ਼ਾ ਹੋ ਰਿਹਾ ਕਿ ਇਹ ਸਭ ਕੀ ਹੈ ਤੇ ਤੁਸੀਂ ਕੀ ਕਰਦੇ ਹੋ। ਤੈਨੂੰ ਕੀ ਲੱਗਦਾ ਅਸੀਂ ਗੈਂਗਸਟਰ ਹਾਂ? ਸੌਟ ਆਫ। ਨਿਸ਼ਾਨ, ਇਹਨੂੰ ਕਿਵੇਂ ਸਮਝਾਈਏ ਇਹ ਸਭ ਕੀ ਹੋ ਰਿਹਾ, ਕਿਉਂ ਹੋ ਰਿਹਾ ਤੇ ਸਾਨੂੰ ਲੋਕਾਂ ਲਈ ਹਥਿਆਰ ਚੁੱਕਣੇ ਪਏ ਗਏ। ਕਮ ਔਨ ਡੈਡ, ਲੋਕਾਂ ਦੇ ਲਈ ਹਥਿਆਰ ਚੁੱਕਣੇ ਪਏ ਅਨੋਲ? ਅੱਜ ਮੈਂ ਇੰਨੇ ਸਾਲਾਂ ਬਾਅਦ ਆਪਣੇ ਘਰ ਵਾਪਸ ਆਇਆ, ਪਰ ਮੈਨੂੰ ਖੁਸ਼ੀ ਘੱਟ, ਦੁੱਖ ਤੇ ਹੈਰਾਨੀ ਜ਼ਿਆਦਾ ਹੋ ਰਹੀ। ਇਹ ਸਭ ਜ਼ਿਆਦਾ ਮਾਇਨੇ ਰੱਖਦਾ ਸੀ ਤੁਹਾਡੇ ਲਈ? ਇਸ ਸਭ ਦੀ ਵਜ੍ਹਾ ਨਾਲ ਤੁਸੀਂ ਮੈਨੂੰ ਇੰਨੇ ਸਾਲ ਆਪਣੇ ਆਪ ਤੋਂ ਦੂਰ ਰੱਖਿਆ? ਦਲਜੀਤ, ਕਮਜ਼ੋਰ ਤੇ ਬੇਸਹਾਰਾ ਲੋਕਾਂ ਲਈ ਮੇਰਾ ਸਲਾਮਤ ਰਹਿਣਾ ਜ਼ਰੂਰੀ ਹੈ ਤੇ ਮੇਰੇ ਲਈ ਤੇਰਾ ਸਲਾਮਤ ਰਹਿਣਾ। ਪਰ ਡੈਡ, ਇਹ ਰਸਤਾ ਕਿਉਂ? ਜਿਸ ਦੇਸ਼ ਦੇ ਲੋਕਾਂ ਕੋਲ ਪਾਵਰ ਨਹੀਂ ਹੁੰਦੀ ਉਹ ਦੇਸ਼ ਨਪੁੰਸਕ ਹੋ ਜਾਂਦਾ ਹੈ। ਮੈਂ ਲੋਕਾਂ ਨੂੰ ਪਾਵਰ ਦੇ ਰਿਹਾ ਹਾਂ, ਹਰ ਦੇ ਰਿਹਾ ਹਾਂ। ਇਸ ਸਭ ਦੇ ਲਈ ਮੈਨੂੰ ਬਹੁਤ ਵੱਡੀ ਕੀਮਤ ਚੁਕਾਉਣੀ ਪਈ। ਇਹਦਾ ਮਤਲਬ ਤੁਸੀਂ ਅੱਜ ਦੇ ਰੋਬਿਨ ਹੁੱਡ? ਫਿਰ ਤਾਂ ਡੈਡ ਇਹ ਅਦਾਲਤਾਂ, ਕਚਹਿਰੀਆਂ, ਥਾਣੇ ਇਹ ਸਭ ਬੰਦ ਕਰ ਦੇਣੇ ਚਾਹੀਦੇ। ਉਹ ਆਪਣੀ ਜਗ੍ਹਾ ਠੀਕ ਹੈ ਦਲਜੀਤ, ਪਰ ਇਹਨਾਂ ਕੁਰਸੀਆਂ ਤੇ ਕਾਨੂੰਨ ਨਹੀਂ ਇਨਸਾਨ ਹੀ ਬੈਠੇ ਹੋਏ ਨੇ ਤੇ ਜਦ ਕਿਸੇ ਕੁਰਸੀ ਤੇ ਕੋਈ ਬੇਈਮਾਨ ਇਨਸਾਨ ਬੈਠ ਜਾਂਦਾ ਹੈ ਨਾ ਤਾਂ ਇਹ ਅਦਾਲਤਾਂ, ਕਾਨੂੰਨ, ਇਨਸਾਫ਼ ਤੇ ਥਾਣੇ
ਇਹ ਸਭ ਪੈਸੇ ਵਾਲੇ ਲੋਕਾਂ ਦੀ ਮਲਕੀਅਤ ਬਣ ਕੇ ਰਹਿ ਜਾਂਦੇ ਨੇ ਤੇ ਜਦ ਗਰੀਬ ਤੇ ਮਜ਼ਲੂਮ ਲੋਕਾਂ ਲਈ ਇਨਸਾਫ ਦੀ ਆਖਰੀ ਕੜੀ ਸਿਰਫ ਸਰਦਾਰ ਸਾਹਿਬ ਹੀ ਹੋਣ ਤਾਂ ਕੀ ਸਰਦਾਰ ਸਾਹਿਬ ਉਹਨਾਂ ਨੂੰ ਮਾਯੂਸ ਕਰਦੇ ਨੇ ਸਰਦਾਰ ਸਾਹਿਬ ਹੀ ਉਹਨਾਂ ਨੂੰ ਇਨਸਾਫ ਦਿਉਂਦੇ ਨੇ ਪਰ ਇਸ ਤਰ੍ਹਾਂ ਦਾ ਇਨਸਾਫ ਕਰਨ ਦਾ ਹੱਕ ਤੁਹਾਨੂੰ ਦਿੱਤਾ ਕਿਹਨੇ ਨਿਸ਼ਾਨ ਤੇਰਾ ਚਾਚਾ ਹੈ ਮੈਂ ਕੁਛ ਨਹੀਂ ਭੁੱਲ ਰਿਹਾ ਡੈਡ ਭੁੱਲ ਤਾਂ ਤੁਸੀਂ ਰਹੇ ਹੋ ਜੋ ਕੁਛ ਆ ਕਰ ਰਹੇ ਹੋ ਇਸਨੂੰ ਗੁੰਡਾਗਰਦੀ ਕਹਿੰਦੇ ਆ ਲੋਕ ਇਸਨੂੰ ਕੁਛ ਵੀ ਕਹਿੰਦੇ ਹੋਣ ਪਰ ਗਰੀਬ ਤੇ ਕਮਜ਼ੋਰ ਨੂੰ ਉਹਦਾ ਹੱਕ ਦਵਾਨਾ ਸਾਡੇ ਲਈ ਗੁੰਡਾਗਰਦੀ ਨਹੀਂ ਹੈ ਇਸ ਤਰ੍ਹਾਂ ਦੀਆਂ ਦਲੀਲਾਂ ਨਾਲ ਸੱਚ ਨਹੀਂ ਬਦਲ ਜਾਣਾ ਡੈਡ ਹਥਿਆਰ ਚੁੱਕਣਾ ਗੁੰਡਾਗਰਦੀ ਹੀ ਹੁੰਦਾ ਤਾਂ ਕੀ ਭਗਤ ਸਿੰਘ ਚੰਦਰ ਸ਼ੇਖਰ ਆਜ਼ਾਦ ਤੇ ਊਧਮ ਸਿੰਘ ਇਹ ਸਾਰੇ ਗੁੰਡੇ ਸੀ ਕੀ ਲੋੜ ਪਈ ਸੀ ਉਹਨਾਂ ਨੂੰ ਸਿਸਟਮ ਦੇ ਖਿਲਾਫ ਹਥਿਆਰ ਚੁੱਕਣ ਦੀ ਅਸੀਂ ਵੀ ਆਪਣੇ ਲਈ ਗੋਲੀਆਂ ਨਹੀਂ ਚਲਾਉਂਦੇ ਦੂਜਿਆਂ ਲਈ ਚਲਾਉਣੇ ਪਰ ਗੋਲੀਆਂ ਚਲਾਉਂਦੇ ਹੋ ਤੁਸੀਂ ਇੱਕ ਚੀਜ਼ ਭੁੱਲ ਗਏ ਕਿ ਗੋਲੀ ਦੇ ਦਮ ਤੇ ਰਾਜ ਕਰਨ ਵਾਲੇ ਇੱਧਰ ਗੋਲੀ ਨਾਲ ਹੀ ਮਰਦੇ ਨੇ ਦਲਜੀਤ ਜੋ ਜ਼ਿੰਦਗੀ ਮੈਂ ਜੀ ਰਿਹਾ ਉਹ ਮੈਂ ਕਦੇ ਨਹੀਂ ਸੀ ਚਾਹੀ ਮੈਂ ਤੇ ਆਪਣੀ ਛੋਟੀ ਜਿਹੀ ਦੁਨੀਆ 'ਚ ਖੁਸ਼ ਸੀ ਜੋ ਜ਼ਖਮ ਤੂੰ ਦੇਖ ਨਹੀਂ ਪਾ ਰਹੇ ਮੇਰੇ ਦਿਲ ਤੇ ਅੱਜ ਵੀ ਉਹ ਤਾਜ਼ਾ ਨੇ ਮੈਂ ਤੇ ਨਿਸ਼ਾਨ ਟਰੱਕ ਡਰਾਈਵਰੀ ਕਰਦੇ ਕਰਦੇ ਲੁਧਿਆਣੇ ਤੋਂ ਦਿੱਲੀ ਆ ਕੇ ਫਸ ਗਏ ਨੀਤਾਂ ਨੂੰ ਪਾਗ ਲੱਗਦੇ ਨੇ ਇਸ ਕਰਕੇ ਛੇਤੀ ਟਰੱਕ ਯੂਨੀਅਨ ਦਾ ਪ੍ਰਧਾਨ ਬਣ ਗਿਆ ਪ੍ਰਧਾਨ ਜੀ ਸਰਕਾਰ ਨੇ ਡੀਜ਼ਲ ਦੀ ਕੀਮਤ ਫੇਰ ਵਧਾਤੀ ਆ ਡੀਜ਼ਲ ਦੀ ਕੀਮਤ ਤੇ ਇਸ ਮੁਲਕ 'ਚ ਸਾਲ 'ਚ 10 ਵਾਰ ਵੱਧ ਜਾਂਦੀ ਹੈ ਬਸ ਜੇ ਨਹੀਂ ਵੱਧਦੀ ਤੇ ਫੌਜੀ ਦੀ ਜਾਨ ਦੀ ਮਜ਼ਦੂਰ ਦੇ ਪਸੀਨੇ ਦੀ ਤੇ ਔਰਤ ਦੀ ਇੱਜ਼ਤ ਦੀ ਕੀਮਤ ਨਹੀਂ ਵੱਧਦੀ ਜਿੰਨਾ ਜਾਇਜ਼ ਬਣਦਾ ਹੈ ਸਿਰਫ ਉਨਾ ਕਰਾਇਆ ਵਧਾਓ ਫਿਰ ਸਾਡੀ ਜ਼ਿੰਦਗੀ 'ਚ ਬਲਵੰਤ ਨਾਮ ਦਾ ਉਹ ਬਦਬਖਤ ਆਇਆ ਜਿਸ ਦੀ ਵਜ੍ਹਾ ਨਾਲ ਤੈਨੂੰ ਦੂਰ ਹੋਣਾ ਪਿਆ ਉਹਦਾ ਨਾਂ ਜੋਗਿੰਦਰ ਸਿੰਘ ਹੈ ਜੀ 5 ਸਾਲ ਪਹਿਲਾਂ ਪੰਜਾਬ ਤੋਂ ਦਿੱਲੀ ਆਇਆ ਸੀ ਤੇ ਹੁਣ ਟਰੱਕ ਯੂਨੀਅਨ ਦਾ ਪ੍ਰਧਾਨ ਹੈ ਆ ਟਰੱਕਾਂ ਵਾਲੇ ਸਾਰੇ ਬੜਾ ਹੀ ਮੰਨਦੇ ਆ ਉਹਨੂੰ ਉਹਦੀ ਮਰਜ਼ੀ ਤੋਂ ਬਿਨਾਂ ਇਹ ਕੰਮ ਨਹੀਂ ਹੋ ਸਕਦਾ ਉੱਥੇ ਸਾਨੂੰ ਕੋਈ ਟੈਨਸ਼ਨ ਨਹੀਂ ਹੈਗੀ ਮਾਲ ਪੰਜਾਬ ਤੱਕ ਆ ਜਾਂਦਾ ਹੈ ਲੇਕਿਨ ਅੱਗੇ ਡਿਸਟ੍ਰੀਬਿਊਟ ਕਰਨ ਲਈ ਸਾਨੂੰ ਤੁਹਾਡੇ ਸਾਥ ਦੀ ਜ਼ਰੂਰਤ ਹੈ ਜੋਗਿੰਦਰ ਸਿੰਘ ਜੀ ਜੇ ਸਾਡਾ ਮਾਲ ਤੇ ਤੁਹਾਡੇ ਟਰੱਕ ਮਿਲ ਜਾਣ ਤਾਂ ਫਾਇਦਾ ਹੀ ਫਾਇਦਾ ਪ੍ਰੋਫਿਟ ਵਿੱਚੋਂ 25% ਤੁਹਾਡਾ ਬੋਲੋ ਕਦੋਂ ਸ਼ੁਰੂ ਕਰੀਏ ਕਦੇ ਵੀ ਨਹੀਂ ਮੈਨੂੰ ਪੰਜਾਬ ਤੋਂ ਆਏ 5 ਸਾਲ ਹੋ ਗਏ ਪਰ ਪੰਜਾਬ ਮੇਰੇ ਚੋਂ ਮਰਦੇ ਦਮ ਤੱਕ ਨਹੀਂ ਨਿਕਲਣਾ ਬਲਵੰਤ ਸਿੰਘ ਹੁਣ ਮੇਰੀ ਇੱਕ ਗੱਲ ਧਿਆਨ ਨਾਲ ਸੁਣ ਜੋਗਿੰਦਰ ਸਿੰਘ ਆਪਣੇ ਮੁਲਕ ਨਾਲ ਲਿੱਤਾ ਦੀ ਗੱਦਾਰੀ ਨਾ ਤਾਂ ਆਪ ਕਰੂਗਾ ਨਾ ਕਿਸੇ ਨੂੰ ਕਰਨ ਦਊਗਾ ਤੇ ਮੇਰਾ ਵੀ ਫੈਸਲਾ ਸੁਣ ਲੈ ਤੂੰ ਮੇਰੇ ਨਾਲ ਰਲ ਭਾਵੇਂ ਨਾ ਰਲ ਮੈਂ ਬਿਜ਼ਨਸ ਕਰਦਾ ਸੀ ਕਰਦਾ ਹਾਂ ਤੇ ਕਰਦਾ ਰਵਾਂਗਾ ਰੋਕ ਸਕਦਾ ਤਾਂ ਰੋਕ ਲੈ ਜੋ ਕੀ ਓਏ ਅ ਬੰਤ ਬਲਵੰਦੀ ਮੇਰੇ ਨਾਲ ਕੀਤੀ ਬਦਤਮੀਜ਼ੀ ਨਿਸ਼ਾਨ ਨੂੰ ਬਰਦਾਸ਼ਤ ਨਹੀਂ ਹੋਈ ਉਸਨੇ ਬਲਵੰਤ ਨੂੰ ਧੱਕੇ ਮਾਰ ਕੇ ਬਾਹਰ ਕਰ ਦਿੱਤਾ ਨਿਸ਼ਾਨ ਕਾਬੂ ਰੱਖਿਆ ਕਰ ਬਾਈ ਜੀ ਕੋਈ ਤੁਹਾਡੀ ਆਵਾਜ਼ ਤੋਂ ਉੱਚੀ ਆਵਾਜ਼ 'ਚ ਬੋਲਦਾ ਹੈ ਨਾ ਮੈਥੋਂ ਤਾਂ ਉਹ ਵੀ ਨਹੀਂ ਬਰਦਾਸ਼ਤ ਹੁੰਦਾ ਤੇ ਕੋਈ ਲੰਡੀ ਬੁੱਚੀ ਤੁਹਾਡਾ ਨਾਂ ਵਿਗਾੜ ਕੇ ਬੋਲੇ ਮੈਂ ਚੀਰ ਕੇ ਨਾ ਰੱਖ ਦਿਆਂ ਸਾਲੇ ਨੂੰ ਕੱਲ ਸਵੇਰ ਦਾ ਸੂਰਜ ਨਾ ਦੇਖਣੋ ਆ ਜਾਓ ਜੇ ਜੀਤ ਸੌਂ ਗਿਆ ਤਾਂ ਰੋਟੀ ਖਾ ਲਓ ਜੋਗਿੰਦਰ ਸਿੰਘ ਜੀ ਦਰਵਾਜ਼ਾ ਖੋਲੋ ਜੋਗਿੰਦਰ ਭਾਜੀ ਆਇਆ ਬਈ ਆਇਆ Thank you.
पापा 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 बलवंत के मरण तो बाद मैं तेन लेके निशान दे सोरे घर पहुंचा। एक गल तो साफ सी कि मेरा रास्ता उन पहला वर्गा नहीं रहा सी। देदार सर तेरे दिना होए इसलिए तेनों निकी कोल न्यूजीलैंड भेज दिता। मैं तो चाहता सी कि निशान भी तेरे नाल ही चला जाए, पर लक्ष्मण की तरह मेरे नाल ही रहा। हुण चलो बाई जी, जिहड़े राहां ते तुसीं चलना चाहुणे हो, तुहाडा इह भरा तुहाडे राह विच आउण वाले हर रोड़े नूं साफ कर देवेगा। सरदारा चला जाए यहाँ से, क्यों अपनी मौत का ललकार रहा है? मौत नु ललकारना ते कम है सरदारा दा, पर सरदार नु ललकारना गलती, बहुत बड़ी गलती। तुहाडा बहुत बहुत शुक्रिया सरदार जी। राखी अपनी आण ते असि हर इक रंग पहचान दे, ओ बाजी लग जान दी असि कौम दी छाती ताण दे। दलजीत, इस रास्ते नू मैं नहीं चुनी है, सगो इस रास्ते ने मैनू चुनी है। ते जुल्म दे खिलाफ हत्या चुकन दा आदेश सानू गुरु महाराज नहीं दिता है। गुरु महाराज कहंदे ने चूकार अज हमें हील ते दरगुजश्त हलालस्त बुर्दन ब शमशीर दस्त, जिसका मतलब है जद न्याय पौंदे सब तरीके नाकामयाब हो जान ता हथियार चुकना जायज होंदा है। तेनू मैं इसलिए अपने तो दूर रखिया ताकि मेरे दुश्मन तेरे तक ना पहुंचन। पर डैड इस तरह नाल जीना? जीता हूं मैं अपने लोगों वास्ते रहा, ते उन्हें वास्ते मैं वो सब करदा गया जो मैनू ठीक लग्या। ठीक है डैड, हुणे सब छड्डो ते मेरे नाल चलो। नहीं पुत्र, इस रस्ते ते जितों तक मैं आ गया उन्हें तो सिर्फ अगे जाया जा सकता है। यह सब नु भूल जा ते मैं इकनू लेके वापस चला जा। नहीं डैड, मैं हुण तक बड़ी बेफिक्र जिंदगी जी रहा सी कि तुसी इत्थे आराम डालो, पर यह सब देखने तो बाद मैं वापस नहीं जा सकता। मैं इत्थे ही रहूंगा थोड़े नाल। नहीं पुत्र, ये जिंदगी तेरे लिए नहीं है। इतों जाके महक नाल विआह करवा ते खुशी खुशी अपनी जिंदगी जी, ये तेरे प्यो दी आखिरी इच्छा है। महक ते उहदे फादर सानू वेख के डर गए ने ते अज ही राती वापस जा रहे हैं। कोई नहीं, मैं आप जाके उन्हां नाल गल करदा। नहीं भाई जी, तुसी किस तरह जा सकते हो? चप्पे चप्पे ते पुलिस है, शहर दे हालात भी ठीक ने। ये
दलजीत की जिंदगी का सवाल है। चल कोई नाल नहीं आएगा। डैड महक सश्रीकाल जी। सश्रीकाल आचो। सश्रीकाल चीमा साहब। चीमा साहब मैं अच्छे सरदार साहब बन के नहीं बल्कि एक प्योर दी हैसियत नाल आया। बेटा पैकिंग जल्दी फिनिश करो, वी आर ऑलरेडी लेट। दलजीत नूं भी अपने नाल ले जाओ चीमा साहब। तुसी मेरे बारे जो भी सोचते हो दलजीत दा उस नाल कोई वास्ता नहीं। चीमा साहब, चीमा साहब तुसी भी तां प्यो हो। डैड थोनू यह सब करन दी लोड़ नहीं। चलो डैड आपा चलिए इत्थों। नहीं पुत्तर मैनू प्यो दा फर्ज भी पूरा करन दे। Heck? We are from Delhi police. Don't move. उन पच्चन दी कोशिश बेकार है सरदार साहब। Thank you.
आखिर कौन है सरदार साहब के मर्डर के पिछे? कुछ ना कुछ तो पता ही होएगा थानू सर। जे थानू नहीं पता सर, ए केस मैनू इन्वेस्टिगेट करन दी परमिशन दो। महक, मैं अपने आप च पूरा सिस्टम नहीं हाँ, बस ओदा एक छोटा जिहा हिस्सा। राजनेता ते क्रिमिनल्स भी इस सिस्टम का हिस्सा ने। सानू जो उपरों ऑर्डर मिलते ने वो सानू पूरे करने पैंदे ने, दैट्स इट। सिद्धा ना सही सर, इनडायरेक्टली सही, पर मैं ही सरदार साहब के मर्डर की जिम्मेवार हाँ। ना मैं थोड़े कहने दिलजीत नूं तो किनारे इत्थे लैके आउंदी, ना ही यह हादसा हुंदा सर। सर तुसी क्या सी, सरदार साहब नूं बस गिरफ्तार करना है? सर तुसी आप ही दसो, जे सरदार साहब के कातिल नहीं फड़े गए तो मैं अपने आप नूं किद्दां माफ कर सकूंगी? लो जी, मुक्या गरीबां दे मसीहे दा राग। अज तो इस शहर दा राजा मैं। बड़ी उड़ीक कराई आ जोगिंदर सिंह इस दिन दी। 20 साल बाद मिलया मेरे प्यो दी रूह नूं सुकून। चीयर्स। सदके तेरे। अब तो हमारे सभी दुश्मनों की समझ में आ गया होगा कि हमसे टकराने का अंजाम क्या हो सकता है। अब तुझे जो भी करना है दिल खोल के कर। भाई जी, सरदार साहब तो रहे नहीं हूँ। हौसला रखे मत, ये वक्त कुछ रुकन दे। काली हनेरी रात तो बाद सूरज का उगना तय होंदा है। भाई जी की जिंदगी इस तो भी माड़ा वक्त आया से, ताइयों सरदार साहब बने। ये वक्त एक नवे सरदार साहब नू जन्म देवेगा। शायद वो तू होवे या फिर जगराज। शायद भाई जी, तुसी? मैं तो सरदार साहब की ढाल बन के रहांगा। वैसे दलजीत भी तो हो सकता? नहीं नहीं, दलजीत नहीं, वो किसी होर दुनिया तो आया है। उसके सोचने का तरीका भी अलग ही है। वो नहीं, की करी जाना है दलजीत? आप दी लिखी किताब नू आपे साड़ी जाना है? तेनू पता है वीर जी इस किताब नू हमेशा अपने हिक ना लाके रखते सी। सब बदल गया चाची, जिंदगी ते मायने ही बदल गए।
आराम नाल भाई आराम नाल। की चाहिए जी? बिजनेस। आज तो बाद दिल्ली तो बाहर जिन्ना समान जाऊगा नाल मेरा समान भी जाऊगा। की मतलब? लेट मी एक्सप्लेन। मतलब लो जी ए है मतलब चॉइस इज योर्स ओल्ड बॉय। ਪੈਂਦਾ ਕੋਈ ਜ਼ਿਆਦਾ ਹੀ ਹੱਦ ਟੱਪੀ ਜਾਂਦਾ ਜੇ ਇਦਾਂ ਹੀ ਹੁੰਦਾ ਰਿਹਾ ਤਾਂ ਸਭ ਕੁਝ ਬਰਬਾਦ ਹੋ ਜਾਊਗਾ। ਜਦ ਤੱਕ ਸਰਦਾਰ ਸਾਹਿਬ ਦਾ ਹੱਥ ਸਾਡੇ ਸਿਰ ਤੇ ਸੀ ਸਾਨੂੰ ਕਿਸੇ ਦਾ ਡਰ ਨਹੀਂ ਸੀ ਪਰ ਹੁਣ ਸਾਡੀ ਰਾਖੀ ਕੌਣ ਕਰੂਗਾ? ਮੈਂ ਹੈਗਾ ਨਾ ਅਜੇ। ਤੁਸੀਂ ਪਿੰਦੇ ਨੂੰ ਜਾਣਦੇ ਨਹੀਂ ਉਹ ਹਰਾਮਜ਼ਾਦਗੀ ਵਿੱਚ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ। ਉਹਨੇ ਸਰਦਾਰ ਸਾਹਿਬ ਨੂੰ ਮਾਰ ਦਿੱਤਾ ਤਾਂ ਅਸੀਂ ਕੀ ਚੀਜ਼ ਆ? ਓਏ ਕੀ ਹੋ ਗਿਆ ਤੁਹਾਨੂੰ ਸਾਰਿਆਂ ਨੂੰ? ਕੌਣ ਕਹਿੰਦਾ ਕਿ ਸਰਦਾਰ ਸਾਹਿਬ ਨਹੀਂ ਰਹੇ? ਹੁਣ ਤਾਂ ਸਾਡੇ ਕੋਲ ਦੋ ਦੋ ਸਰਦਾਰ ਸਾਹਿਬ ਨੇ, ਇੱਕ ਸਾਡੇ ਦਿਲਾਂ ਵਿੱਚ ਤੇ ਇੱਕ ਦਲਜੀਤ ਪਾਜੀ। ਕੀ ਹੋਇਆ ਜੇ ਪਿੰਦਾ ਡੰਗ ਮਾਰਨ ਵਾਲਾ ਸੱਪ ਹੈ? ਓਏ ਸਾਡੇ ਅੰਦਰ ਵੀ ਤੇ ਸ਼ੇਰਾਂ ਵਾਲਾ ਖੂਨ ਹੈ ਪਾਜੀ। ਹੁਣ ਤੁਹਾਨੂੰ ਸਾਡਾ ਲੀਡਰ ਬਣਨਾ ਹੀ ਪਏਗਾ। ਜੀਤ ਤੂੰ ਵਾਪਸ ਚਲਾ ਜਾ। ਵੇਖ ਤੂੰ ਇੱਥੇ ਨਵਾਂ ਆਇਆ, ਇੱਥੋਂ ਬਾਰੇ ਕੁਝ ਵੀ ਨਹੀਂ ਜਾਣਦਾ। ਇਹ ਵੈਰ ਤਾਂ ਸਾਲਾਂ ਪੁਰਾਣਾ, ਇਹਨੂੰ ਮੁਕਾਉਣਾ ਕੋਈ ਸੌਖਾ ਕੰਮ ਨਹੀਂ। ਨਾ ਸਹੀ, ਪਰ ਇਹਨੇ ਲੋਕਾਂ ਦੀਆਂ ਜਾਨਾਂ ਦਾਤ ਲੱਗੀਆਂ ਹੋਈਆਂ, ਮੈਂ ਉਹਨਾਂ ਨੂੰ ਇਸ ਹਾਲ 'ਚ ਛੱਡ ਕੇ ਨਹੀਂ ਜਾ ਸਕਦਾ। ਤੂੰ ਉਹਨਾਂ ਦਾ ਫਿਕਰ ਨਾ ਕਰ ਪੁੱਤਰ। ਏਦਾਂ ਕਿੱਦਾਂ ਫਿਕਰ ਨਾ ਕਰਨ ਪਾਪਾ, ਇਹ ਸਾਰੇ ਉਹੀ ਲੋਕ ਨੇ ਜਿਨ੍ਹਾਂ ਦੇ ਹੱਕਾਂ ਦੀ ਖਾਤਰ ਤਾਇਆ ਜੀ ਨੇ ਆਪਣੀ ਜਾਨ ਦੇ ਦਿੱਤੀ। ਉਹ ਕਿਸੇ ਨੂੰ ਕੁਝ ਨਹੀਂ ਹੋਣ ਲੱਗਿਆ, ਮਾਰੀ ਜਾਂਦਾ। ਵੇਖ ਜੀਤ, ਮੈਨੂੰ ਪਤਾ ਬਾਈ ਜੀ ਦੀ ਮੌਤ ਦਾ ਬਦਲਾ ਕਿਸ ਤਰ੍ਹਾਂ ਲੈਣਾ। ਆ ਲੈ ਟਿਕਟ, ਤੇ ਰੱਬ ਦਾ ਵਾਸਤਾ ਜਾਂਦਾ ਰਹਿ ਤੂੰ। ਸੱਚੀ ਗੱਲ ਤਾਂ ਇਹ ਹੈ ਜੀਤ, ਮੈਨੂੰ ਜਗਰਾਜ ਦਾ ਕੋਈ ਫਿਕਰ ਨਹੀਂ। ਰੱਬ ਨਾ ਕਰੇ ਜੇ ਤੈਨੂੰ ਕੁਛ ਹੋ ਗਿਆ ਨਾ, ਤਾਂ ਮੈਂ ਬਾਈ ਜੀ ਨੂੰ ਕੀ ਮੂੰਹ ਵਿਖਾਊਂਗਾ। खतरे से बाहर हैं, जान बच गई है। ऑल बिकॉज ऑफ यू जेंटलमैन। थैंक यू अंकल, आपने मेरे पापा की जान बचा ली। शुक्रिया जी। ਜੀਤ, ਇਸ ਰਸਤੇ ਨੂੰ ਮੈਂ ਨਹੀਂ ਚੁਣਿਆ, ਸਗੋਂ ਇਸ ਰਸਤੇ ਨੇ ਮੈਨੂੰ ਚੁਣਿਆ। ਜੀਤ, ਹੁਣ ਮੈਂ ਆਪਣੇ ਲੋਕਾਂ ਵਾਸਤੇ ਰਿਹਾ।
की लोड़ सी ये सारा करन दी? फ्लाइट सी ना तेरी दाज, तैनूं तां जहाज च होना चाहिए सी हुण, की लोड़ पई सी मसीहा बनन दी? भाई जी थोड़ा हौली बोलो। की हो जूगा हौली बोल के? पता भी इहदा हशर की होऊगा? असी किसे दे डर तो चुप नहीं सी बैठे, इहदा करके बैठे हैं। के नूं तत्ती वार ना लग जाए किते। गल सुन पुत्र, मैं तेरी जान नूं खतरियां च नहीं पा सकदा, ते ना तेरे करके अपने बंदियां दी। गल समझन दी कोशिश कर ते जांदा रह तू। तू मेरे भरा दी अखलौती निशानी है मेरे कोले, गल समझिया कर। भाजी वो वापस नहीं जा रहा। असी तो उन्हूं बच्चा समझते सी। बच्चा बच्चा नहीं, सप का बच्चा बोल। साढ़े धंधे सब तो खतरनाक बंदा वह हों जिदे बारे असी घट जानते होइए, तो यह मैनू सरदार साहब तो भी ज़्यादा खतरनाक लग रहा है। पिंदिया रिस्क ना लै ओए, इनू तो अज की रात पार बुला दे। कानपुरी बुलाओ, ये आला तो खेडा जा नबेड़ी है। अच्छा याद मुड़ मुड़ आउंदियां ने, कोई दसो सानू की करिए। हो याद मुड़ बाई जी कित्थे हो? आना पता नहीं कित्थे घूमन डे ने अद्धी रात नूं। सलीम कानपुरिया, सरदार साहब को मैंने ही मारा था। सलीम भाई तुम्हें मारते? जो मार सकता है कोई आया है। अबे देख क्या कौन है भाई जी।
देखो ये मर्डर केस है, कोई लिहाज नहीं होगा, जो करना है कल कोर्ट में करेंगे। असी जीत नाल मुलाकात करनी चाहते हैं। सुनाई नहीं दिया क्या? चलो निकलो यहां से। ओए इंस्पेक्टर। मेरे थाने में मेरे पे रोप। चल अब चल। गल सुनो अफसरा, ये सरदार साहब का पुत्र है, जे इन कुछ हो गया ना, ना तू बचेगा ना तेरा ये थाना। बाकी रही गल कचहरी दी, वो भी कोई उत्ते नहीं डिगदी, कल वेखांगे की बन दे। चलो क्या केस है? अरे वही बिंदा के आदमियों का मर्डर का केस। सरदार साहब का बेटा मुलजिम है दिलजीत सिंह। अब कहाँ है? हवालात में। और कहाँ? अरे बेल शेल मिलने को रही, सड़ेगा जेल में। सोचिया सी तेरे प्यो नाल हिसाब किताब करके तैनू जिंदा छड़ दूं यार। पर मैं नहीं छड़ना, तेरी फोटो छप गई है मेरे दिमाग च। अच्छा की करेगा उस फोटो दा? तेरे डेथ सर्टिफिकेट तो नहीं लगनी? तू मारेगा मैनू कुत्ते दी मौत, ताही सरदार साहब दी आग ठंडी हो। मैं तेनू हुणे मार देना कुत्ते दी मौत। अरे बिंदा भाई ये क्या कर रहे हो? देखो अगर ये यहाँ मर गया तो मेरी नौकरी चली जाएगी। बिंदा भाई इसको यहाँ से उठवा लो, फिर जो मन में आए वो करना। बिंदा भाई बहुत बड़ा किला ना तेरी धौन च, जे अज दी रात एक किला ना पटिया तो मैनू पिंदा ना जानी। दिलजीत का है? लॉकअप में है। हाँ जी मैडम। पुलिस डिपार्टमेंट का काम है मुलजिम को अरेस्ट करना और कोर्ट में पेश करना। इस तरह मारने का हक आपको किसने दिया? देखिए मैडम, अपने बटन्स बंद करो। देखिए ये मेरे पुलिस स्टेशन का केस है और इसे मुझे हैंडल करने दीजिए। आपका इस केस में इन्वॉल्व होने का कोई मतलब नहीं है। अच्छा होगा कि आप यहां से चली जाएं। ये पॉलिटिक्स है मैडम। ना मैं किसी पॉलिटिशियन के लिए काम करती हूँ और ना ही मैं किसी पॉलिटिशियन से डरती हूँ। देखिए मैडम, enough is enough officer, ये केस अब मेरी कस्टडी में रहेगा। खोलो इसे। हाँ सर नमस्कार। सर आपने कहा था कि कोई अड़चन आए तो। हाँ सर वो इंस्पेक्टर महक। हेलो जीत, प्लीज पानी पी लो। जीत प्लीज ट्राई टू अंडरस्टैंड, आई वॉज जस्ट डूइंग माई ड्यूटी। Yes, sir. What is this, Mehak? A case local police की responsibility है।
ਉਹਨਾਂ ਨੂੰ ਤੂੰ ਆਪਣੇ ਤਰੀਕੇ ਨਾਲ ਇਨਵੈਸਟੀਗੇਟ ਕਰਨ ਦੇ। ਤੂੰ ਉੱਥੇ ਕੀ ਕਰ ਰਹੀ? ਪਰ ਸਰ, ਇਹ ਲੋਕ ਜੀਤ ਨੂੰ। ਮਹਿਕ, ਯੂ ਜਸਟ ਮੂਵ ਫਰਮ ਦੇਅਰ, ਦੈਟਸ ਐਨ ਆਰਡਰ। ਜੀ ਸਰ। ਚਲੋ ਚਲੋ, ਜਿਸ ਜਿਸ ਕੀ ਪੈਟਰੋਲ ਡਿਊਟੀ ਹੈ ਨਿਕਲੋ ਰਾਊਂਡ ਪਰ। ਚਲੋ ਸਰ, ਉਹ ਸਵੇਰ ਤੱਕ ਵਾਪਿਸ ਮਤ ਲੌਟਣਾ। ਜੀ ਸਰ। ਔਰ ਖਾਨ, ਤੇਰੇ ਕੋ ਛੁੱਟੀ ਚਾਹੀਏ ਥੀ ਨਾ, ਤੂੰ ਵੀ ਨਿਕਲ। ਜੀ ਸਰ। बिना यार, कब से वेट कर रहा हूं तुम लोगों का, अब चलो जल्दी करो। अबे देख क्या रहे हो, ताला खुला छोड़ रखा है मैंने। चलो चलो चलो। ए सुनो सुनो, एक मिनट, सबूत कौन छोड़ेगा? सबूत? हाँ, अरे भाई मैं बोलूंगा कि थाने पे हमला हुआ था, अब लगना भी तो चाहिए ना। हैं? आओ मारो, मारो मुझे। सच्ची? अरे देख क्या रहे हो, आओ ना मारो। निक्के हुंदे दा एक सुपना सी। क्या? इसे पुलसिए नु एक दिन फेंटना। हाँ? आज जो सुपना पूरा हो। इतना सबूत भी नहीं चाहिए यार, निकल साले। ਪਿੰਦੇ ਬਾਈ ਨੇ ਭੇਜਿਆ ਦਲਜੀਤ ਨੂੰ ਲੈਣ। ਦਲਜੀਤ? ਤੁਮ ਭੁਪਿੰਦਰ ਬਾਈ ਕੇ ਆਦਮੀ ਹੋ? ਕਿਉਂ, ਪਛਾਣਿਆ ਨਹੀਂ? ਫਿਰ ਵੋ ਕੌਣ ਥੇ ਜੋ ਅਭੀ ਅਭੀ ਦਲਜੀਤ ਕੋ ਲੈ ਗਏ? ਕੱਲ ਰਾਤ ਵੋ ਤੁਹਾਰੀ ਕਸਟਡੀ ਮੇ ਥਾ, ਅਬ ਕੋਰਟ ਮੇ ਕਿਸੇ ਪੇਸ਼ ਕਰੋਗੇ? ਰਾਠੀ समझो नौकरी तो गई तुम्हारी। सर बहुत बड़ा अटैक किया था उन्होंने, सच कह रहा हूँ सर। ये 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 देखिए सबूत, और कुछ सबूत तो ऐसी ऐसी जगह है सर, मैं दिखा भी नहीं सकता सर। ਪੁਲਿਸ ਲੋਕਾਂ ਦੀ ਰੱਖਿਆ ਕਰਨ ਲਈ ਬਣੀ ਹੈ, ਪਰ ਜਦ ਤੱਕ ਇੱਦਾਂ ਦੇ ਬੇਗੈਰਤ ਬੇਈਮਾਨ ਪੁਲਿਸ ਆਫਿਸਰਸ ਇਸ ਡਿਪਾਰਟਮੈਂਟ 'ਚ ਨੇ, ਤਦ ਤੱਕ ਲੋਕਾਂ ਨੂੰ ਸਾਡੇ 'ਤੇ ਵਿਸ਼ਵਾਸ ਨਹੀਂ ਹੋਣਾ। ਮੈਂ ਨਹੀਂ। ਆਪਕੇ ਪਾਸ ਕੋਈ ਐਵੀਡੈਂਸ ਤੋਂ ਹੈ ਨਹੀਂ, ਕੋਈ ਵਿਟਨੈਸ ਤੋਂ ਹੋਗਾ, ਉਸੇ ਹੀ ਪੇਸ਼ ਕਰ ਦੀਜੀਏ। ਨਹੀਂ ਹੈ ਸਰ, ਸੋਰੀ ਸਰ। ਦੈਟਸ ਆਲ ਮਾਈ ਲੋਰਡ। ਪ੍ਰੋਸੀਕਿਊਸ਼ਨ ਕੋਈ ਵਿਟਨੈਸ या फिजिकल एविडेंस पेश नहीं कर पाई, लिहाजा ये अदालत एक्यूज दलजीत सिंह को जमानत पर रिहा करने का हुक्म देती है। Yes. Thank you. तुसी साड़ी बहुत मदद की थी। I was just doing my job. लीडर वो नहीं हुंदा जो भाषण देंदा है, बल्कि लीडर वो होंदा है जो अगे वध के एक मिसाल कायम करता है। अज तुहाडे खिलाफ किसी ने गवाही नहीं दित्ती, उहदी वजह सहम गए या दहशत नहीं है, सब ने इज्जत दित्ती है तुहानू, जो कि वो सरदार साहब दी करदे सी। वो सारे तुहाडे अंदर एक लीडर देख रहे ने, एक आखिरी उम्मीद देख रहे ने, सरदार साहब देख रहे ने। Sir!
ਸਰਦਾਰ ਸਾਹਿਬ ਕਿਹਾ ਕਰਦੇ ਸੀ ਸਾਡੇ ਪੰਜਾਬ 'ਚ ਤਾਂ ਲੋਕ ਦੁਸ਼ਮਣ ਦੀ ਧੀ ਭੈਣ ਨੂੰ ਵੀ ਆਪਣੀ ਧੀ ਭੈਣ ਸਮਝਦੇ ਨੇ ਅਤੇ ਇਹ ਕਿਹੋ ਜਿਹਾ ਸ਼ਹਿਰ ਹੈ ਯਾਰ ਜਿੱਥੇ ਰਾਹ ਚੱਲਦੀ ਕੁੜੀਆਂ ਨੂੰ ਚੱਕ ਲੈਂਦੇ ਅਤੇ ਇਹ ਵੈਸ਼ੀਪਨ ਹਾਂ ਜੀ ਦਾ ਜਿੰਨਾ ਜਿੰਨਾ ਜ਼ੋਰ ਜਿੱਥੇ ਚੱਲਦਾ ਏ ਖਾਈ ਜਾਂਦਾ ਲੁੱਟੀ ਜਾਂਦਾ ਆਪਣੇ ਹੀ ਦੇਸ਼ ਨੂੰ ਹਾਂ ਜੀ ਦਾ ਜਿੰਨਾ ਜਿੰਨਾ ਜ਼ੋਰ ਜਿੱਥੇ ਚੱਲਦਾ ਏ ਖਾਈ ਜਾਂਦਾ ਲੁੱਟੀ ਜਾਂਦਾ ਆਪਣੇ ਹੀ ਸ਼ੌਕ ਹੈ ਨਾ ਤੁਝੇ ਰਿਪੋਰਟਿੰਗ ਕਰਨ ਕਾ ਜਾ ਕੇ ਕਰ ਲਿਆ ਆਪਣੇ ਬੀਵੀ ਕੀ ਰਿਪੋਰਟਿੰਗ ਹੱਡਾਂ ਵਿੱਚ ਰਚਿਆ ਏ ਕੋਈ ਵੀ ਨਾ ਬੱਚਿਆ ਏ ਹੱਡਾਂ ਵਿੱਚ ਰਚਿਆ ਏ ਕੋਈ ਵੀ ਨਾ ਬੱਚਿਆ ਏ ਹਰ ਪਾਸੇ ਫੇਲੀਅਰ ਤੇਰਾ ਏ ਕਰਪਟ ਸਿਸਟਮ ਦਿੱਲੀ ਦਾ ਕਰਪਟ ਸਿਸਟਮ ਤੇਰਾ ਤੇਰਾ ਏ ਕਰਪਟ ਸਿਸਟਮ ਮੈਂ ਤੁਹਾਨੂੰ ਗੋਲੀ ਮਾਰ ਹੀ ਸਕਦਾ ਪਰ ਮੈਂ ਚਾਹੁੰਦਾ ਕਿ ਤੂੰ ਇਹਨੂੰ ਗੋਲੀ ਮਾਰ ਬਦਲਾਂਗੇ ਤੈਨੂੰ ਅਸੀਂ ਬੜੇ ਹੀ ਸਲੀਕੇ ਨਾਲ ਹਾਂ ਬਦਲਾਂਗੇ ਤੈਨੂੰ ਅਸੀਂ ਬੜੇ ਹੀ ਸਲੀਕੇ ਨਾਲ ਤੈਨੂੰ ਸਮਝਾਵਾਂਗੇ ਹੁਣ ਤੇਰੇ ਹੀ ਤਰੀਕੇ ਨਾਲ ਵੇਖ ਡਰ ਇਕੱਲਾ ਖੜਾ ਤੂੰ ਕਾਸੂ ਹਾਂ ਬਦਲਾਂਗੇ ਤੈਨੂੰ ਅਸੀਂ ਬੜੇ ਹੀ ਸਲੀਕੇ ਨਾਲ ਤੈਨੂੰ ਸਮਝਾਵਾਂਗੇ ਹੁਣ ਤੇਰੇ ਹੀ ਤਰੀਕੇ ਨਾਲ ਹੱਥ ਜਦੋਂ ਮੁੱਕ ਜਾਂਦੀ ਬਣਦਾ ਤੂਫਾਨ ਉਦੋਂ ਉੱਠੇ ਜਦੋਂ ਆਮ ਬੰਦਾ ਬਣ ਕੇ ਤੂਫਾਨ ਉਦੋਂ ਤੂੰ ਦੇਰ ਦਿੰਦਾ ਹਾਂ ਤੇਰਾ ਇੱਕ ਰੱਬ ਸਿਸਟਮ ਦਿੱਲੀ ਦਾ ਕਰਪ ਸਿਸਟਮ ਲੁੱਕ ਦਲਜੀਤ ਮੈਂ ਤੈਨੂੰ ਪਰਸਨਲੀ ਜਾਣਦਾ ਮੈਂ ਇਹ ਵੀ ਜਾਣਦਾ ਕਿ ਤੂੰ ਇੱਕ ਚੰਗਾ ਇਨਸਾਨ ਹੈ ਯੂ ਆਰ ਨੋਟ ਏ ਬੈਡ ਗਾਏ ਇਹ ਜੋ ਤੂੰ ਕਰ ਰਿਹਾ ਹੈ ਕੀ ਇਹ ਠੀਕ ਹੈ ਹੁਣ ਤਾਂ ਸ਼ਾਇਦ ਤੈਨੂੰ ਇਹਦੇ ਵਿੱਚ ਵੀ ਮਜ਼ਾ ਆਉਂਦਾ ਹੋਣਾ ਹੈ ਇਹ ਸੱਚ ਹੈ ਕਿ ਸਾਡੇ ਕੋਲ ਤੇਰੇ ਖਿਲਾਫ ਕੋਈ ਸਬੂਤ ਨਹੀਂ ਹੈ ਪਰ ਸਾਨੂੰ ਸਭ ਪਤਾ ਹੈ ਕਿ ਕਿੱਥੇ ਕਿੱਥੇ ਅਤੇ ਕਿਸ ਕਿਸ ਦੇ ਖੂਨ ਦੇ ਨਾਲ ਤੇਰੇ ਹੱਥ ਲਿਪੜੇ ਨੇ ਇਸ ਤੋਂ ਪਹਿਲਾਂ ਕਿ ਦੇਰ ਹੋ ਜਾਏ ਤੂੰ ਇਹ ਕੰਮ ਬੰਦ ਕਰ ਦੇ ਨਾ ਦਲਜੀਤ ਇਹ ਜੋ ਤੂੰ ਕਰ ਰਿਹਾ ਨਾ ਇਹ ਤੇਰਾ ਕੰਮ ਨਹੀਂ ਸਾਡਾ ਕੰਮ ਹੈ ਇਹ ਸਾਡੀ ਜੌਬ ਹੈ ਅੰਡਰਸਟੈਂਡ ਯੈਸ ਇਟਸ ਯੋਰ ਜੌਬ ਯੋਰ ਡਿਊਟੀ ਬਟ ਯੂ ਆਰ ਨਾਟ ਡੂਇੰਗ ਯੋਰ ਡਿਊਟੀ ਹਾਊ ਕੈਨ ਯੂ ਸੇ ਦੈਟ ਇੱਕ ਆਦਮੀ ਨੇ ਚੰਦ ਰੁਪਿਆਂ ਦੇ ਲਈ ਆਪਣੀ ਵੋਟੀ ਨੂੰ ਵੇਚ ਦਿੱਤਾ ਇੱਕ ਪਿਓ ਨੇ ਆਪਣੀ ਸਕੀ ਬੇਟੀ ਦੇ ਨਾਲ 2 ਮਹੀਨੇ ਤੱਕ ਮੂੰਹ ਕਾਲਾ ਕਰਵਾਇਆ ਅਤੇ ਉਸਨੂੰ ਮਾਂ ਬਣਾ ਦਿੱਤਾ ਇੱਕ ਪੜ੍ਹੇ ਲਿਖੇ ਡਾਕਟਰ ਨੇ ਐਕਸਰੇ ਲੈਣ ਦੇ ਬਹਾਨੇ ਇੱਕ ਔਰਤ ਦੇ ਕੱਪੜੇ ਉਤਰਵਾ ਲਏ ਅਤੇ ਉਸਦਾ MMS ਬਣਾ ਲਿਆ ਕਈ ਮਹੀਨਿਆਂ ਤੱਕ ਉਸਨੂੰ ਬਲੈਕਮੇਲ ਕਰਕੇ ਉਸਦੀ ਇੱਜ਼ਤ ਦੇ ਨਾਲ ਖੇਡਦਾ ਰਿਹਾ ਉਸਦੇ ਦੋਸਤਾਂ ਨੇ ਵੀ ਇਹੀ ਕੀਤਾ ਇੱਕ IAS ਆਫਿਸਰ ਨੇ ਆਪਣੀ ਵੋਟੀ ਨੂੰ ਆਪਣੇ ਦੋਸਤ ਦੇ ਨਾਲ ਰਿਸ਼ਤਾ ਬਣਾਉਣ ਦੇ ਲਈ ਮਜਬੂਰ ਕੀਤਾ ਮਨਾ ਕਰਨ 'ਤੇ ਗੋਲੀ ਮਾਰ ਦਿੱਤੀ ਫਰੋਮ ਯੋਰ ਸਾਈਡ ਐਨੀ ਐਕਸ਼ਨ ਨੋ ਦਿੱਲੀ ਦੀ ਸੜਕਾਂ 'ਤੇ ਹਜ਼ਾਰਾਂ ਕਰੋੜ ਰੁਪਏ ਦਾ ਡਰੱਗਸ ਹਰ ਸਾਲ ਵਿਕ ਰਿਹਾ ਇਸ ਵਜ੍ਹਾ ਨਾਲ ਸੈਂਕੜੋ ਹਜ਼ਾਰੋਂ ਬੱਚੇ ਮਰ ਰਹੇ ਹੈ ਪਰਿਵਾਰਾਂ ਦੇ ਪਰਿਵਾਰ ਤਬਾਹ ਹੋ ਰਹੇ ਹੈ ਐਨੀ ਐਕਸ਼ਨ ਨੋ ਵਿਆਹ ਦੇ ਨਾਮ 'ਤੇ ਨੌਕਰੀ ਦੇ ਨਾਮ 'ਤੇ ਪੜ੍ਹਾਈ ਦੇ ਨਾਮ 'ਤੇ ਗਰੀਬ ਕੁੜੀਆਂ ਪਿੰਡਾਂ ਕਸਬਿਆਂ ਤੋਂ ਲਿਆ ਕੇ ਸ਼ਹਿਰਾਂ ਦੇ ਚੱਕਲਿਆਂ ਦੇ ਕੋਠਿਆਂ 'ਤੇ ਵੇਚ ਦਿੱਤੀਆਂ ਜਾਂਦੀਆਂ ਐਨੀ ਐਕਸ਼ਨ ਨੋ ਛੋਟੇ ਛੋਟੇ ਬੱਚੇ ਅਗਵਾ ਕਰ ਲਿੱਤੇ ਜਾਂਦੇ ਹਨ ਉਹਨਾਂ ਦੇ ਹੱਥ ਪੈਰ ਕੱਟ ਕੇ ਅੰਨੇ ਬਣਾ ਕੇ ਜਲਾ ਕੇ ਉਹਨਾਂ ਨੂੰ ਚੌਂਕਾਂ 'ਤੇ ਖੜੇ ਕਰਾ ਕੇ ਭੀਖ ਮੰਗਾਈ ਜਾਂਦੀ ਹੈ
तेजाब नाल पूरे पूरे जिसम जला दिए जाते हैं ताकि ज्यादा पीक मिल सके। एनी एक्शन? नो। अपनी जायज नाजायज मंगा पूरियां कराने के लिए लोग अंदोलन के नाम से शहरों के शहर फूक देंगे, लोगों के घर फूक देंगे, गड्डिया फूक देंगे, दुकाना फूक देंगे, इतों तक कि गरीब लोगों के साइकिल फूक देंगे, औरतों के नाल रेप होंगे। एनी एक्शन? नो। अखबारों के विच टीवी के विच रोज आंदियां ने मीडिया के लिए सिर्फ खबर ने TRP। लोग इस इंजॉय करते हैं, खबर इंजॉय की जाती है, इट्स अ ब्लडी एंटरटेनमेंट फॉर देम। इन्हें रोकना तुम्हारा काम थी, तुम्हारी ड्यूटी थी, बट यू आर नॉट डूइंग योर ड्यूटी। इन्हें हरामखोरों रोकने की बजाय इन्हें नाल कम करते हो, इन्हें तलवे चाड़ते हो, इन्हें सल्यूट करते हो। पर मैं ये सब नहीं देख सकता ना बर्दाश्त कर सकता। मैं इन्हें सबक सिखावांगा क्योंकि ये सरदार साहब के घर का धर्म ही नहीं परंपरा भी है। इनू पढ़ा कर ला भरावा चल जाती होंगी है। मैं कड़ा अतवादी हाँ, एक तो दिल्ली च धुप इनी पैंदी है मेरी सारी स्किन टैन हो जानी है। आ गया भांजा। हाय मामा जी। आ जा समान कटो मुंडियो। हाँ भाई भांजा। पैड़ी पाना मामा जी। किनू पाना पैरी? जिदा अपने अपने ढाडे पैड़ी पाना जी। ਹੋਰ ਸੁਣਾ, ਚਾਚੂ ਪੀਏਗਾ? ਨਹੀਂ ਜੀ ਮੈਂ ਠੀਕ ਹਾਂ। ਅੱਛਾ ਪੁੱਛੀਏ, ਹਾਲ ਨਹੀਂ ਪੁੱਛਿਆ? ਨਹੀਂ ਮੈਂ ਠੀਕ ਹਾਂ। ਜਿੱਦਾਂ ਮਾਮਾ ਜੀ ਜੀਤ ਨਹੀਂ ਦਿਖ ਰਿਹਾ, ਕਿੱਥੇ ਮਰ ਗਿਆ ਉਹ? ਉਹ ਮੀਟਿੰਗ 'ਚ ਬੈਠਾ ਹੈ। ਉਹ ਮੁੰਡਿਆ ਲੈ ਕੇ ਜਾ ਕਾਕੇ ਨੂੰ ਮਿਲਾ ਲਿਆ। ਜਿੱਦਾਂ ਇੱਧਰ ਹੀ ਜਾਣਾ? ਓਏ ਆਹੋ ਇੱਧਰ ਹੀ ਜਾਣਾ। ਜੋ ਮਰਜ਼ੀ ਕਰੋ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਪਰ ਨਾ ਤਾਂ ਡਰੱਗਸ ਦਾ ਕੋਈ ਕੰਮ ਕਰੋਗੇ ਤੇ ਨਾ ਗਰੀਬ ਨਾ ਤੱਕਾ। ਜੇ ਇਸ ਦੇ ਬਾਅਦ ਵੀ ਮੈਨੂੰ ਕਿਸੇ ਤਰ੍ਹਾਂ ਦੀ ਕੋਈ ਖਬਰ ਮਿਲੀ ਤਾਂ ਘਰ 'ਚ ਵੜ ਕੇ ਮਾਰਾਂਗਾ। ਅਗਰ ਹਮ ਮਾਨਨੇ ਸੇ ਮਨਾ ਕਰ ਦੇ ਤੋ। ਜੋ ਮੈਂ ਕਹਿਤਾ ਫਾਈਨਲ। ਆ ਕੀ ਅਜੀਤ, ਇਹ ਤਾਂ ਬੜੀ ਬੈਡ ਗੱਲ ਆ ਤੇਰੇ ਲਈ। ਤੂੰ ਤਾਂ ਗੈਂਗਸਟਰ ਬਣਿਆ ਖੜਾ, ਤੂੰ ਤਾਂ ਡੈਡ ਨੂੰ ਸਰਪ੍ਰਾਈਜ਼ ਦੇਣ ਆਇਆ ਸੀ। ਤੂੰ ਮੇਰੇ ਨਾਲ ਔਕਲੈਂਡ ਚੱਲ ਯਾਰ, ਉੱਥੇ ਬੜੇ ਕੰਮ ਰੁਕੇ ਹੋ ਆ ਤੇਰੇ ਬਿਨਾਂ। ਨਹੀਂ ਲੱਡੂ, ਹੁਣ ਮੈਂ ਕਿਤੇ ਨਹੀਂ ਜਾ ਸਕਦਾ। ਜਿਹੜਾ ਰਸਤਾ ਮੈਂ ਚੁਣਿਆ ਹੈ, ਇੱਕ ਦੋ ਧਾਰੀ ਤਲਵਾਰ ਹੈ ਜੋ ਜਾਂ ਤਾਂ ਮੇਰੀ ਰੱਖਿਆ ਕਰੂਗੀ ਜਾਂ ਮੇਰੀ ਜਾਨ ਲਊਗੀ। ਪਰ ਇਸਨੂੰ ਛੱਡਣਾ ਪੋਸੀਬਲ ਨਹੀਂ। ਭਾਜੀ ਯਾਦ ਹੈ ਤੁਹਾਨੂੰ, ਅਸ਼ਫਾਕ ਨਾਂ ਦੇ ਬੰਦੇ ਦੀ ਵਾਈਫ ਨੂੰ ਕੁਝ ਬਦਮਾਸ਼ਾਂ ਨੇ ਮਾਰ ਦਿੱਤਾ ਸੀ ਤੇ ਆਪਾਂ ਉਹਨਾਂ ਨੂੰ ਅਸ਼ਫਾਕ ਤੋਂ ਹੀ ਮਰਵਾਇਆ ਸੀ। ਉਹ ਤੁਹਾਨੂੰ ਮਿਲਣਾ ਚਾਹੁੰਦਾ। ਬੋਲੋ। ਸਲਾਮ ਵਾਲੇਕੁਮ ਭਾਜੀ। ਸਲਾਮ ਭਾਜੀ। ਆਹ ਸੀਡੀ ਦੇਖੋ। ਕੀ ਹੈ ਇਹਦੇ 'ਚ? ਭਾਜੀ ਮਨੋਹਰ ਨਗਰ ਦੇ ਸੁਨਸਾਨ ਵਿੱਚ ਕੁਝ ਬੰਦ ਗੋਦਾਮ ਨੇ। ਇੱਕ ਗੋਦਾਮ ਦੇ ਵਿੱਚ ਮੈਂ ਕੁਝ ਗਲਤ ਕਿਸਮ ਦੇ ਬੰਦਿਆਂ ਨੂੰ ਜਾਂਦੇ ਹੋਏ ਦੇਖਿਆ। ਮੈਨੂੰ ਕੁਝ ਸ਼ੱਕ ਜਿਹਾ ਹੋਇਆ ਤੇ ਮੈਂ ਛੁਪ ਕੇ ਗੋਦਾਮ ਦੇ ਅੰਦਰ ਚਲਾ ਗਿਆ। ਕੈਮਰਾ ਮੇਰੇ ਕੋਲ ਸੀ ਸੋ ਮੈਂ ਰਿਕਾਰਡ ਕਰ ਲਿਆ। ਉਹੀ ਹੈ? ਹਾਂਜੀ। ਗੰਜਿਆ, ਉਹ ਗੰਜਿਆ, ਚਸਕਾ ਮੇਰੇ ਪਿਓ ਨੂੰ ਵੀ ਆਹੀ ਸੀ, ਤਾਂ ਹੀ ਤਾਂ ਉਹਨੇ ਸਰਦਾਰ ਸਾਹਿਬ ਨੂੰ ਨਾਰ ਲਾਉਣ ਦੀ ਕੋਸ਼ਿਸ਼ ਕੀਤੀ ਔਰ ਸਰਦਾਰ ਸਾਹਿਬ ਉੱਤੋਂ ਆਪਦਾ ਚਸਕਾ ਲੈ ਕੇ ਬਹਿ ਗਏ। ਪੁੱਛੋ ਕਾਹਦਾ? ਕਾਹਦਾ ਬਾਈ? ਦੇਸ਼ ਭਗਤੀ ਦਾ, ਔਰ ਇਸੇ ਚਸਕੇ ਦੇ ਚੱਕਰ 'ਚ ਮਾਰਿਆ ਗਿਆ। ਪਰ ਹੁਣ ਆਪਣੇ ਗੋਦਾਮ ਨਸ਼ੇ ਨਾਲ ਭਰੇ ਪਏ ਨੇ। ਡੋਬ ਦਿਓ ਦਿੱਲੀ ਨਸ਼ੇ 'ਚ, ਹਰ ਘਰ ਤੱਕ ਨਸ਼ਾ ਪਹੁੰਚਣਾ ਚਾਹੀਦਾ ਹੈ। ਪਹਿਲੀਆਂ 5 ਡੋਜ਼ਾਂ ਫ੍ਰੀ ਦਿਓ। ਜਿਹੜਾ ਬੰਦਾ ਸਭ ਤੋਂ ਵੱਧ ਨਸ਼ਾ ਵੇਚੇ ਉਹਨੂੰ ਇਨਾਮ ਵੀ ਦਿਓ, 5,000 ਰੁਪਈਆ। ਚੱਕ ਤੋਂ ਫੱਟੇ ਹੋ ਜਾਓ, ਸ਼ੁਰੂ ਉੜਾ ਦਿਓ ਬੂੰਦੀ। ਸ਼ਾਬਾਸ਼, ਆਹ ਬਣੀ ਗੱਲ, ਗੁੱਡ ਜੋਬ। ਆ ਸੀਡੀ ਸਾਰੇ ਚੈਨਲਾਂ ਨੂੰ ਦੇ ਦੇ। ਠੀਕ ਹੈ ਭਾਜੀ।
राणा साहब, बिंदा ने अपने एक बालिया बयान में कहा है कि आप उसके धंधे में भी शामिल थे। सर, सियासी मैदान में हो सकता है कभी कहीं कोई मुलाकात हो गई हो मेरी इनसे, अदरवाइज मैं नहीं जानता इन्हें। ये जो घिनौनी हरकत करने का इल्जाम लगा है ना इन पर, भाई उससे मेरा क्या वास्ता। सर, मुझे लगता है ये जो मेरी पाक साफ छवि है उसे खराब करने के लिए अपोजिशन ने बहुत दूर की कौड़ी फेंकी है। सरासर सियासी चाल है ये। वाह खुराणिया वाह, साले कमीने पंच तो तू मेरा भी रिकॉर्ड तोड़ता हो, पर तेन मैं छड़दा नहीं, जानो मार दूंगा मैं तेन। राम जो दियो कुत्तियो। ऑर्डर ऑर्डर ऑर्डर, छड़ मनु छड़ छड़ छड़। कोई तकलीफ तो नहीं ना? पर तेनू तो चंगा ही लग रहा होना, आदत जो है तेन इन्हों जेल हवालात की। ओए तो साढ़े छज्जू के चबारे है, छज्जू के चबारे। इस चबारे च बैठ के स्कीम लाई सी तेरे प्यो गड्डी चाढ़न की, हम इस चबारे चो तेरी टिकट भी कटूंगा सीक्रेट। नहीं मनना, तू वेखी चल किवें निकल दियां चेरड़ भूडियां। टिकट तो मेरी तू तां कटाएगा ना जे उहदे लई जिउंदा रहेगा। सरदार साहब चंगे आदमी सी, उन्हां ने तैनूं जिउंदा छड्डता, पर मैं तेरा इंतजाम करता है मैं। नाले खुराना भी नहीं चाहुंदा कि तू जिउंदा रहे ते पुट्ठा सीधा बकदा रहे। बिंदिया, कल सवेर दा सूरज तेरे नसीब च नहीं। राइडर पीसीआर ऑल नाका, नोट करें, भूपिंदर नाम का शख्स अभी अभी लॉकअप तोड़ के भगा है। सभी टाइट नाकाबंदी करके उसको राउंड अप करें। भाई जी, तुहानू की लगता है खुराना साड़ी मदद करूगा? इस वेले खुराना ही साड़ी मदद कर सकता, होर कोई नहीं। करिया उन्हें मैं मैसेज, देख दें। बन गई गल, चलो। भाई दिलजीत का फोन है। सॉरी यार, मैं वो कर नहीं पाया जो मैं कहा सी, पर मैं वो करता है जो तू क्या सी। कुराना नू जिउंदा नहीं सी ना छड़ना, तू यही दावा कीता ही तू परी अदालत। चल फिर, सॉरी है मेरे वालों वड्डी जी। चेक करो,
जी दिलजीत अज दिल्ली तो बाहर एक प्रोग्राम से जा रहा यही मौका वे बंदे नू खत्म करन दा साढ़े वड्डे वडेरिया ने जाना दित्तियां कुर्बानियां दित्तियां ता जाके साडा विरसा साढ़े सिर एक खिताब की तरह सजे पर अज जो पंजाब का माहौल है ये नकली बाबे और है नकली डेरे मेरी गल याद रखियो जे असी ना जागे जे असी अपनियां भुल्लां ना सुधारियां तां उह दिन दूर नहीं जब साढ़े सिर सजा होया साडा एक खिताब कोई खता बन जाना है पग वीर ओ शान है साडी दूरों तक दे हो जांदी पहचान है साडी सिर ते बन्नी पग वीर ओ शान है साडी दूरों तक दे हो जांदी पहचान है साडी दुश्मन नु सोंदे ਲੈ ਵੀ ਮਿੱਤਰਾ ਬੰਦੇ ਤਾਂ ਤੇਰੇ ਸਾਰੇ ਗੱਡੀ ਚਾੜ੍ਹਤੇ ਪਰ ਤੇਰਾ ਭਰਾ ਜੁਗਰਾਜ ਹਲੇ ਜਿਉਂਦਾ ਹੈ ਮੇਰੇ ਕਬਜ਼ੇ 'ਚ ਜੇ ਦਮ ਹੈ ਨਾ ਤਾਂ ਆ ਜਾ ਚੜਾ ਲਾ ਸਾਰੇ ਕਿੱਥੇ ਭੱਜ ਗਏ ਸਤਿ ਸ੍ਰੀ ਅਕਾਲ ਬਾਈ
ਕਿੱਧਰ? ਓਏ ਇਹ ਤਾਂ ਅੱਜ ਨਰਾਇਣ ਦੇ ਘਰੇ ਕੀੜੀ ਆ ਗਈ ਓਏ। ਹੈ ਆ ਮਿੱਠਿਆ, ਤੇਲ ਤੂਲ ਚੋਇਆ ਕਿ ਨਹੀਂ? ਸਰਦਾਰ ਸਾਹਿਬ ਦੇ ਸਪੁੱਤਰ ਪਹਿਲੀ ਵਾਰ ਆਏ ਨੇ। ਪਹਿਲੀ ਵਾਰ ਨਹੀਂ ਬਾਈ ਜੀ, ਆਖਰੀ ਵਾਰ ਆਏ ਨੇ। ਬਿੰਦਿਆ, ਅੱਜ ਤੂੰ ਦੋ ਗਲਤੀਆਂ ਕੀਤੀਆਂ। ਪਹਿਲੀ, ਤੂੰ ਮੈਨੂੰ ਫੋਨ ਕਰਕੇ ਇੱਥੇ ਬੁਲਾ ਲਿਆ, ਤੇ ਦੂਜੀ, ਜੇ ਤੈਨੂੰ ਪਤਾ ਸੀ ਕਿ ਮੈਂ ਇੱਥੇ ਆਊਂਗਾ ਫਿਰ ਤੂੰ ਭੱਜਿਆ ਕਿਉਂ ਨਹੀਂ? ਉਹ ਭੱਜ ਲਓ। ਮੈਂ ਤਾਂ ਸੁਣਿਆ ਸੀ ਤੇ ਦਿਮਾਗ ਹੀ ਬੜਾ ਚੱਲਦਾ ਹੋਏ, ਪਰ ਇਹਦੀ ਤਾਂ ਜ਼ੁਬਾਨ ਵੀ ਬਹੁਤ ਚੱਲਦੀ ਹੈ। ਪਰ ਮਿੱਤਰਾ, ਸਾਡੀਆਂ ਦੋ ਚੀਜ਼ਾਂ ਚੱਲਦੀਆਂ, ਇੱਕ ਹੱਥ ਤੇ ਦੂਜਾ ਹਥਿਆਰ। ਜੋ ਚੱਲਦਾ ਹੀ ਚਲਾ ਲੈ, ਜਿੰਨਾ ਜ਼ੋਰ ਲੱਗਦਾ ਹੀ ਲਾ ਲੈ। ਪੰਜ ਮਿੰਟ ਬਾਅਦ ਨਾ ਇੱਥੇ ਕਿਸੇ ਦੇ ਹੱਥ ਪੈਰ ਚੱਲਣਗੇ ਤੇ ਨਾ ਕਿਸੇ ਦੇ ਸਾਹ। ਅੱਜ ਸਾਰਾ ਸਿਆਪਾ ਹੀ ਮੁਕਾ ਦੇਣਾ, ਰੋਜ਼ ਰੋਜ਼ ਦਾ ਰੰਡੀ ਰੋਣਾ ਤੇਰੀ ਮੌਤ। ਜੀਤ ਨੂੰ ਇੰਡੀਆ ਬੁਲਾ ਕੇ ਸਰਦਾਰ ਸਾਹਿਬ ਨੂੰ ਮਰਵਾਉਣ ਵਾਲੀ ਸਕੀਮ ਤਾਂ ਨਾ ਕਮਾਲ ਹੀ ਸੀ ਬਈ, ਕਮਾਲ। ਪਰ ਆਹ ਤਾਂ ਤੂੰ ਸਿਰੇ ਹੀ ਲਾਤਾ ਓਏ। ਤੂੰ ਕੀਤਾ, ਤੁਹਾਨੂੰ ਮਾਰਨਾ ਚਾਹੁੰਦਾ, ਅਸੀਂ ਭਰਾ ਯਾਰ। ਬੰਦ ਕਰ ਭੈਣਾਂ ਦਾ ਪ੍ਰੋਗਰਾਮ। ਪਹਿਲਾਂ ਸਾਰੀ ਜ਼ਿੰਦਗੀ ਤੇਰਾ ਪਿਓ ਸਰਦਾਰੀ ਝਾੜਦਾ ਰਿਹਾ, ਹੁਣ ਤੂੰ ਬਲੈਤੋਂ ਆ ਕੇ ਲੱਗ ਪਿਆ। ਤੂੰ ਕੀ ਸੋਚਦਾ ਮੈਂ ਸਾਰੀ ਜ਼ਿੰਦਗੀ ਪਾਜੀ 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 ਕਰਕੇ ਤੇਰੇ ਪਿੱਛੇ ਘੁੰਮਦਾ ਰਹਾਂ? ਪੈਂਦੇ ਮੈਂ ਆਪਣਾ ਕੰਮ ਕਰਤਾ, ਹੁਣ ਤੇਰੀ ਵਾਰੀ ਹੈ। ਪੈਂਦੇ ਥੋੜਾ ਪਿਆਰ ਨਾਲ ਹੈ ਤਾਂ ਭਰਾ ਹੀ। ਆਹ ਕਿੱਧਰ ਗਾਇਬ ਹੋ ਗਿਆ ਓਏ? ਮੇਰਾ ਮੂੰਹ ਕੀ ਦੇਖੀ ਜਾਂਦੇ ਹੋ? ਲੱਭੋ ਉਹਨੂੰ। ਦਲਜੀਤ ਨੂੰ ਪਿੰਦੇ ਨੇ ਮਾਰਤਾ ਹੈ ਤੇ ਉਹ ਤੁਹਾਨੂੰ ਫਰੀਦਾਬਾਦ ਵਾਲੀ ਬੰਦ ਫੈਕਟਰੀ 'ਚ ਮਿਲੂਗਾ। ਲਾਸ਼ ਵੀ ਉੱਥੇ ਹੀ ਪਈ ਹੈ। ਥੈਂਕ ਯੂ। ਕੁਛ ਲੋਕਾਂ ਨੂੰ ਮਰਨ ਦੀ ਬੜੀ ਕਾਹਲੀ ਹੁੰਦੀ ਹੈ ਯਾਰ। ਪਹਿਲਾਂ ਇਹਦਾ ਪਿਓ ਆਈ ਕਾਹਲੀ 'ਚ ਮਰ ਗਿਆ, ਹੁਣ ਇਹ ਵੀ ਚੱਲਿਆ। ਚੱਲ ਫਿਰ ਕਰਾਈਏ ਮਿਲਾਪ। ਚਾਚਾ ਜੁਗਰਾਜ, ਜੁਗਰਾਜ ਕੀ ਬਕਵਾਸ ਕਰ ਰਹੇ? ਕੀ ਹੋਇਆ ਜੀਤ ਨੂੰ?
पापा ओही होया जो बहुत साल पहला हो जाना चाहिए था सी। तुसी उना दे मगर घूम सकते हो, मैं नहीं। इसलिए पहला मैं सरदार साहब नू, फिर उहदे वफादार बंदिया नू, ते अज दलजीत नू मार के आया। अज तो मैं सरदार साहब हां पापा, मैं सरदार साहब। सरदार साहब दी मौत तो बाद ए ते मैनू पता सी के कोई ताकतदार है, पर तू होएगा इस दा अंदाजा भी नहीं मैनू। तैनू ज्यों दा कोई हक नहीं। डैड तुसी मैनू नहीं मार सकते, मैं थोड़ा इकलौता पुत्तर है डैड। ओ चंगा होया तू मेरे घरे जम्मे, नहीं होर किसे प्यो च इन्नी हिम्मत नहीं सी होनी के तेरे जे गद्दार पुत्तर नू मार देवे। लड़ाई आर पार दी है, चल इन्हां पापियां दा अज नाश कर दईए। तकड़ा हो ते बाई जी नूं याद कर, सरदार साहब नूं याद कर, इन्हां चों इक वी नहीं सुक्का जाना चाहीदा। चल मेरे सिंहा चल। हेलो, हाँ बोलो। व्हाट? चलो जाओ जीत। चल बज रहा सी एनकाउंटर करता सर। रेजिग्नेशन महक, व्हाट हैपेंड सर? मैनु एहसास होया कि मैं अपनी जॉब तो बाद किसी होर नु प्यार करती हूं। ਸਤਿ ਸ਼੍ਰੀ ਅਕਾਲ ਵਕੀਲ ਸਾਹਿਬ। ਸਰਦਾਰ ਸਾਹਿਬ ਨੂੰ ਮਿਲਣਾ। ਹਾਂਜੀ ਆਜੋ, ਮਿਲਾ ਦਿੰਦੀ ਹਾਂ, ਆਜੋ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਆਜੋ ਇੱਧਰ ਨੂੰ, ਇੱਧਰ ਨੂੰ ਹੀ ਆ ਸਰਦਾਰ ਸਾਹਿਬ। ਮਾਮਾ ਜੀ ਵਕੀਲ ਸਾਹਿਬ ਆਏ ਹੋ ਆ, ਲੱਗਦਾ ਕੋਰਟ 'ਚ ਅੱਜ ਫਿਰ ਕਿਸੇ ਨੂੰ ਇਨਸਾਫ ਨਹੀਂ ਮਿਲਿਆ। ਬੈਠੋ ਵਕੀਲ ਸਾਹਿਬ, ਇਹ ਗੱਲਾਂ ਮੇਰੀ ਸਮਝ ਤੋਂ ਬਾਹਰ ਨੇ। ਮੈਂ ਤਾਂ ਅੱਜ ਵੀ ਪਹਿਲਾਂ ਵਾਂਗ ਸਰਦਾਰ ਸਾਹਿਬ ਦੀ ਕੁਰਸੀ ਦਾ ਮੁਹਾਫਜ਼ ਹਾਂ। ਦਿਲਜੀਤ ਆ ਜਾਏਗਾ, ਉਹਦੇ ਨਾਲ ਗੱਲ। ਚੰਗਾ ਜੀ। ਸਰਦਾਰਾਂ ਦਾ ਕੰਮ ਹੈ ਸਰਦਾਰਾਂ ਨੂੰ ਲਲਕਾਰਨਾ। ਗਲਤੀ ਬਹੁਤ ਵੱਡੀ ਗਲਤੀ।
ਕਰ ਤੇਰੇ ਨਾਲ ਹੱਸ ਕੇ ਗੱਲ ਕੀਤੀ ਹੈ ਜੇ ਮੱਥੇ ਵੱਟ ਪਾ ਕੇ ਕਰਦਾ ਤਾਂ ਜੋ ਤੂਫਾਨ ਵੀ ਸਾਡੇ ਕੋਲ ਡਰਦੇ ਨੇ ਡਰਦੇ ਨੇ ਅਸੀਂ ਉਹ ਦੀਵੇ ਹਾਂ ਜੋ ਹਵਾਵਾਂ ਹਵਾਵਾਂ ਲੱਭ ਕੇ ਫੂਕ ਦਈਏ ਚਲਾਕੀਆਂ ਤਾਂ ਮੈਨੂੰ ਆਉਂਦੀਆਂ ਨਹੀਂ ਦੁਸ਼ਮਣ ਨੂੰ ਵੀ ਨਿਸ਼ਾਨੇ ਤੇ ਲਈਦਾ ਏ ਤਾਂ ਦੱਸ ਕੇ ਲਈਦਾ ਏ।